ਵੀਰੇ ਸੰਗਲ ਲਾਇਆ ਵਾ ਨਾ ਬੰਦੇ ਦੇ? ਬਿਲਕੁਲ ਲਾਇਆ ਵਾ ਜੀ ਸੰਗਲ, ਬਿਲਕੁਲ ਲਾਇਆ ਵਾ ਸਾਡੇ ਬੰਦੇ ਦੇ ਸੰਗਲ। ਉਹ ਦੇਖ ਬਿਲਕੁਲ ਸੰਗਲ ਤਾਰਿਆ ਤੁਸੀਂ, ਬਿਲਕੁਲ ਸੰਗਲ ਤਾਰਿਆ ਤੁਸੀਂ। ਤਰਨਜੀਤ ਤੁਰੇ ਆਈ ਵੀਰੇ, ਉੱਥੇ ਆ ਜਾਓ ਜੀ, ਗੇਟ 'ਚ ਆ ਜਾਓ ਜੀ। ਉਰੇ ਉਰੇ ਆ ਤਰਨਜੀਤ, ਉਰੇ ਆ ਪੁੱਤ, ਉਰੇ ਆ ਪੁੱਤ, ਉਰੇ 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 ਆ, ਉੱਥੇ ਆ ਜਾਓ, ਉੱਥੇ ਆ ਜਾਓ, ਉੱਥੇ ਆ ਜਾਓ, ਉੱਥੇ ਗੇਟ 'ਚ ਆ ਜਾਓ, ਗੇਟ 'ਚ ਆ ਜਾਓ, ਉੱਥੇ ਆ ਜਾਓ, ਗੇਟ 'ਚ ਆ ਜਾਓ ਜੀ। ਤਰਨਜੀਤ ਕਿਵੇਂ ਆ? ਤੇਰੇ ਡੈਡੀ ਦਾ ਨਾਂ ਕੀ ਆ ਭਲਾ? ਹੈਂ, ਤੇਰੇ ਡੈਡੀ ਦਾ ਨਾਂ ਕੀ ਆ? ਡੈਡੀ ਦੇ, ਹਾਂ ਡੈਡੀ ਦਾ ਨਾਂ ਕੀ ਆ ਤੇਰੇ ਦਾ? ਤਰਨਜੀਤ ਹੈਂ, ਹਾਂ ਸੰਤੋਖ ਸਿੰਘ ਆ, ਕਿਆ ਬਾਤ ਹੈ। ਠੀਕ ਆ, ਜਾਣਾ ਘਰੇ ਜਾਣਾ ਪਹਿਲਾਂ ਦੱਸ। ਹੈਂ, ਹਾਂ ਉਰੇ ਉਰੇ ਆਇਓ ਮੁਖਤਿਆਰ ਸਿੰਘ ਜੀ। ਸੰਗਲ ਕਿੱਥੇ ਲਾਉਂਦੇ ਨੇ ਸੰਗਲ? ਇਹ ਪਟਿਆਲੇ ਦੀ ਆ, ਪਟਿਆਲੇ ਦੀ। ਅਸੀਂ ਨਾ ਜੀ, ਅਸੀਂ ਬਾਪੂ ਜੀ ਤੁਹਾਨੂੰ ਸਾਰਾ ਪਰੂਫ ਦੇ ਦਾਂਗੇ, ਸਾਰਾ ਪਰੂਫ ਦੇਵਾਂਗੇ ਜੀ। 8 ਸਾਲ ਹੋ ਗਏ ਇਹਨੂੰ ਜੀ, ਅਸੀਂ ਪਹਿਲਾਂ ਜਸਰੌਰ ਆਏ ਤਾਂ ਉਦੋਂ ਸਾਡੇ ਤੋਂ ਮਿਸ ਹੋ ਗਿਆ ਬੰਦਾ, ਅਸੀਂ ਭੁੱਲ ਗਏ। ਦੇਖੋ ਤੁਹਾਡੇ 3 ਘਰਾਂ ਦਾ ਇੱਕ ਬੰਦਾ ਗੋਹਾ ਚੱਕਦਾ, 3 ਘਰਾਂ ਦਾ ਜੀ। ਤੁਸੀਂ ਸਾਡੇ ਪਰਿਵਾਰਕ ਮੈਂਬਰ ਹੋ, ਤੁਸੀਂ ਪੰਜਾਬ ਦੇ ਹੋ, ਅਸੀਂ ਵੀ ਪੰਜਾਬ ਦੇ ਹਾਂ, ਪਟਿਆਲੇ ਤੋਂ ਆਏ ਹਾਂ, ਪਰ 3 ਘਰਾਂ ਦਾ ਇੱਕ ਜਵਾਕ ਗੋਹਾ ਚੱਕਦਾ ਕੋਈ ਚੰਗੀ ਗੱਲ ਨਹੀਂ ਜੀ। ਬੱਚੇ ਬਾਹਰ ਭੇਜਤੇ, ਦੂਜੇ ਬੱਚੇ ਨੇ ਜਾਣਾ, ਮਤਲਬ ਇਹ ਵੀ ਬੱਚਾ ਕਿਸੇ ਦਾ ਤੁਸੀਂ ਨਹੀਂ, ਉਹ ਕੋਈ ਗੱਲ ਨਹੀਂ, ਅਗਲੇ ਨੇ ਵੀ ਜਾਣਾ ਕੋਈ ਗੱਲ ਨਹੀਂ, ਦੂਜੇ 'ਤੇ ਵੀ ਵਗ ਜੂਗਾ ਕੋਈ ਗੱਲ ਨਹੀਂ, ਨਾਲ ਨੂੰਹ ਵੀ ਗਈ, ਉਹ ਸਾਨੂੰ ਸਾਰਾ ਕੁਛ ਪਤਾ ਉਹ ਚੀਜ਼ ਬਾਰੇ। ਪਰ ਇਹ ਵੀ ਕਿਸੇ ਦਾ ਪੁੱਤ ਆ ਜੀ, ਇਹਦਾ ਪਰਿਵਾਰ, ਇਹਨਾਂ ਕੋਲ ਗੱਡੀਆਂ ਵੀ ਨੇ ਘਰੇ, ਸਾਰਾ ਕੁਛ ਦੱਸਦਾ ਇਹ ਬਿਲਕੁਲ। ਤੁਸੀਂ ਪੁੱਛੋ ਇਹਨੂੰ, ਤੁਹਾਡੇ ਕਿੰਨਾ ਪੜ੍ਹੇ ਵੇ ਤੁਸੀਂ? ਤਰਨਜੀਤ, ਤਰਨਜੀਤ ਪੜ੍ਹਿਆ ਵਾ ਕਿੰਨਾ? ਕਿੰਨਾ ਪੜ੍ਹਿਆ ਵਾ? 10 ਪੜ੍ਹਿਆ ਵਾ। ਤੁਹਾਡੇ ਡੈਡੀ ਦਾ ਕੀ ਨਾਮ ਆ? ਸੰਤੋਖ ਸਿੰਘ। ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ? ਲੁਧਿਆਣੇ। ਲੁਧਿਆਣੇ, ਲੁਧਿਆਣੇ 'ਚ ਕਿਹੜਾ ਐਡਰੈਸ ਆ ਜੀ? ਜਲੰਧਰ। ਜਲੰਧਰ, ਠੀਕ ਆ। ਲੁਧਿਆਣੇ 'ਚ ਕਿਹੜਾ ਗੈਸਪੁਰਾ ਕਿਹੜਾ? ਹੋ ਜਲੰਧਰ ਨਾ, ਲੁਧਿਆਣਾ ਦੱਸੋ। ਲੁਧਿਆਣਾ, ਲੁਧਿਆਣਾ, ਲੁਧਿਆਣਾ। ਲੁਧਿਆਣੇ 'ਚ ਕਿੱਥੇ ਰਹਿੰਦੇ ਹੋ? ਲੁਧਿਆਣੇ ਜੀ। ਕਾਪੀ ਪੈਨ ਦੋ, ਸਾਰਾ ਕੁਛ ਲਿਖ ਦੂਗਾ। ਅੰਮ੍ਰਿਤਸਰ। ਕੋਈ ਗੱਲ ਨਹੀਂ, ਅੰਮ੍ਰਿਤਸਰ। ਸਿਹਤ ਬਹੁਤ ਡਾਊਨ ਹੋ ਗਈ ਇਹਦੀ। ਅੰਮ੍ਰਿਤਸਰ ਆਇਓ? ਕਿੰਨੇ ਕਿੰਨੇ ਸਾਲ ਹੋ ਗਏ ਤੁਹਾਨੂੰ ਉਰੇ ਆਏ ਨੂੰ? ਤਰਨਜੀਤ ਕਿੰਨੇ ਸਾਲ ਹੋ ਗਏ ਵੀਰੇ? ਤੁਹਾਡਾ ਨਾਮ ਲੈ ਦੇਣਾ ਹੀਰਾ ਜੀ। ਹੀਰੇ ਕਿੰਨੇ ਸਾਲ ਹੋ ਗਏ ਉਰੇ ਆਏ ਨੂੰ? ਹਾਂਜੀ, ਕਿੰਨੇ ਸਾਲ ਹੋ ਗਏ ਉਰੇ ਆਏ ਨੂੰ? ਕਿੱਥੇ? ਸਰਪੰਚ ਨੂੰ ਬੁਲਾਇਆ। ਤੇ ਕਿੰਨੇ ਸਾਲ ਹੋ ਗਏ ਉਰੇ ਆਏ ਨੂੰ ਹੀਰੇ? ਮੈਨੂੰ ਹਾਂ, ਕਿੰਨੇ ਕਿੰਨੇ ਹੈ? 10 ਸਾਲ। 10 ਸਾਲ, ਤੈਨੂੰ ਪਤਾ ਘਰ ਦੇ ਤੇਰੇ ਵੇਟ ਕਰ ਰਹੇ ਨੇ, ਤੇਰੀ ਉਡੀਕ ਕਰ ਰਹੇ ਨੇ। ਹੈਂ, 10 ਸਾਲ ਹੈ? ਅੱਜ ਤੇਰੀ ਕਿੰਨੇ ਹੋ ਗਈ? ਕਿਵੇਂ ਵੀਰੇ? ਇੱਕ ਮਿੰਟ ਮੁਖਤਿਆਰ ਸਿੰਘ ਜੀ ਉਰੇ ਗੱਲ ਸੁਣਿਓ, ਇੱਕ ਮਿੰਟ ਆਇਓ ਉਰੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਹੋਰ ਬਾਪੂ ਜੀ ਠੀਕ ਹੋ? ਦੇਖੋ ਜੀ, ਤੁਹਾਡੀ ਇਜਾਜ਼ਤ ਤੋਂ ਬਿਨਾਂ ਤਾਂ ਨਹੀਂ ਤੁਹਾਡਾ ਘਰ ਆਪਣਾ ਫਿਰ ਵੀ, ਪਰ ਮਤਲਬ ਇਹਨੂੰ ਬੰਨ ਦੇਣਾ ਕੋਈ ਚੰਗੀ ਗੱਲ ਨਹੀਂ ਹੈਗੀ। ਬਿਲਕੁਲ ਕੁੱਟਮਾਰ ਵੀ, ਬਿਲਕੁਲ 3 ਘਰਾਂ ਦਾ ਇਕੱਲਾ ਗੋਹਾ ਯਾਰ, ਕੋਈ ਚੰਗੀ ਗੱਲ ਨਹੀਂ ਹੈਗੀ। ਨਹੀਂ ਮੈਂ ਦੱਸਦਾ ਤੁਹਾਨੂੰ, ਮਾਰਦਾ ਕੌਣ ਆ? ਚਲੋ ਦੱਸ ਦੂਗਾ, ਪਰੇ ਹੋ ਕੇ ਦੱਸ ਦੂਗਾ, ਪਰੇ ਹੋ ਕੇ ਦੱਸ ਦੂਗਾ। ਤੁਹਾਡੇ ਬੱਚੇ ਦੇ ਵਿੱਚ, ਬੱਚੇ 'ਚ ਫਰਕ ਬਹੁਤ ਆ ਜੀ। ਇਹ ਪੰਜਾਬੀ ਆ, ਲੁਧਿਆਣੇ ਦਾ ਰਹਿਣ ਵਾਲਾ ਜੀ। ਪੰਜਾਬੀ ਪੰਜਾਬੀ ਦੇ ਤਸ਼ੱਦਦ ਕਰੀ ਜਾਂਦੇ ਆ ਜੀ। ਆਹ ਦੇਖੋ ਤੁਹਾਡੇ ਸਾਹਮਣੇ ਵੀਰੇ, ਤੁਹਾਡਾ ਕੀ ਨਾਮ ਆ? ਤਰਨਜੀਤ ਸਿੰਘ। ਉਰੇ ਇੱਕ ਮਿੰਟ ਸੁਣੋ ਪਹਿਲਾਂ, ਇੱਕ ਮਿੰਟ ਆਹ ਦੱਸਿਓ ਮਾੜਾ ਜਿਹਾ। ਮੁਖਤਿਆਰ ਸਿੰਘ ਕਹਿੰਦਾ, ਮੈਨੂੰ ਪਤਾ ਨਹੀਂ ਕਿਹੜਾ ਨਾਮ ਆ ਤੁਹਾਡਾ, ਦੱਸਿਓ। ਇੰਨੀ ਪਤਾ? ਹਾਂ ਦੱਸਿਓ ਕੀ ਨਾਮ ਆ? ਤਰਨਜੀਤ ਸਿੰਘ। ਤੁਹਾਡੇ ਪਿਤਾ ਦਾ ਨਾਮ ਕੀ ਆ? ਸੰਤੋਖ ਸਿੰਘ। ਸੰਤੋਖ ਸਿੰਘ, ਇਹ ਬੰਦਾ। ਬਾਪੂ ਦਾ ਕੀ ਨਾਮ ਆ? ਇਹਦੇ ਨਾਮ ਸੰਤੋਖ ਸਿੰਘ। ਓਕੇ ਸੰਤੋਖ ਸਿੰਘ। ਤੁਹਾਡੇ ਭਰਾ ਦਾ ਕੀ ਨਾਮ ਆ? ਭਰਾ ਦਾ ਹਰਵਿੰਦਰ ਸਿੰਘ। ਹੈਂ, ਹਰਵਿੰਦਰ ਸਿੰਘ। ਤੇ ਭੈਣ ਦਾ ਕੀ ਨਾਮ ਆ? ਬਲਜਿੰਦਰ ਕੌਰ। ਹੈਂ, ਬਲਜਿੰਦਰ ਕੌਰ। ਬਲਜਿੰਦਰ ਕੌਰ, ਸਾਰਾ ਕੁਝ ਦੱਸਦਾ ਵੀਰੇ। ਬਾਓ ਵੀਰੇ ਮੁਖਤਿਆਰ ਸਿੰਘ, ਅਸੀਂ ਇੱਕ ਹੋਰ ਵੀ ਇੱਕ ਬੀਬੀ ਨੂੰ ਵੀ ਕਵਰ ਕਰਨਾ, ਉਹ 'ਤੇ ਵੀ ਬਹੁਤ ਸ਼ਿੱਦਤ ਹੁੰਦੀ ਆ।
ਵੀਰੇ ਸਾਡਾ ਪਤਾ ਸਾਡਾ ਕਿਸੇ ਨੂੰ ਦੁਸ਼ਮਣੀ ਵੈਰ ਵਿਰੋਧ ਨਹੀਂ, ਸਾਡਾ ਵੈਰ ਵਿਰੋਧ ਉਹਦੇ ਨਾਲ ਜਿਹੜਾ ਗਲਤ ਕਰਦਾ। ਦੇਖੋ ਇਹ ਵੀ ਕਿਸੇ ਦਾ ਧੀ ਪੁੱਤ ਆ ਅਤੇ ਆਪਣੇ ਬੱਚਾ ਇੱਕ ਵਿਆਹ ਕਰਾ ਕੇ ਭੈਣ ਨਾਲ ਮਤਲਬ ਆਪਣੀ ਵਾਈਫ ਨਾਲ ਚੱਲਿਆ ਗਿਆ ਬਾਹਰ, ਜੇ ਉਹਦੇ ਨਾਲ ਤਸ਼ੱਦਦ ਹੋ ਜਾਵੇ ਫਿਰ ਕੀ ਕਰਾਂਗੇ ਜੀ ਆਪਾਂ? ਦਾਦਾ ਤਾਂ ਕੋਈ ਨਹੀਂ, ਆ ਦੇਖੋ ਤੁਹਾਡੇ ਸਾਹਮਣੇ ਦੱਸ ਰਿਹਾ, ਪੁੱਛੋ ਤੁਸੀਂ, ਤੁਸੀਂ ਪੁੱਛੋ, ਚਲੋ ਇੱਕ ਵਾਰੀ ਤੁਸੀਂ ਪੁੱਛੋ, ਇੱਕ ਵਾਰੀ ਮਾੜਾ ਦੱਸਿਓ ਬਾਈ ਨੂੰ ਕੀ ਨਾਮ ਆ ਤੁਹਾਡਾ, ਦੱਸਿਓ ਕੀ ਨਾਮ ਆ, ਦੱਸੋ ਬੋਲ ਕੇ ਦੱਸੋ। ਹਾਂ ਤੁਹਾਡਾ, ਤੁਹਾਡਾ ਕੀ ਨਾਮ ਆ? ਹਾਂ ਨਹੀਂ, ਤੁਹਾਡਾ ਕੀ ਨਾਮ ਆ? ਤਰਨਜੀਤ ਸਿੰਘ। ਆ ਤੁਸੀਂ ਦੇਖੋ ਸੰਗਤ ਜੀ, ਲੁਧਿਆਣੇ ਦਾ ਰਹਿਣ ਵਾਲਾ ਵੀਰ, ਸਾਰਾ ਕੁਝ ਦੱਸਦਾ, ਲਿਖ ਕੇ ਤੁਹਾਨੂੰ ਅਸੀਂ ਦੱਸ ਦਿੰਦੇ ਹਾਂ, ਸਾਰਾ ਐਡਰੈਸ ਆ ਸਾਡੇ ਕੋਲ, ਇਹਦਾ ਸਾਰਾ ਪਰਿਵਾਰ ਲੱਭ ਲਾਂਗੇ, 2 ਮਿੰਟ ਦੀ ਗੱਲ ਹੈ ਤਾਂ। ਪਰ ਬੜੇ ਦੁੱਖ ਦੀ ਗੱਲ, 8 ਸਾਲ ਹੋ ਗਏ ਇਹਦੀ ਫੈਮਿਲੀ ਨੂੰ ਲੱਭਦੇ ਨੂੰ, 8 ਸਾਲ ਕਿੱਥੇ ਕਿਤੇ ਭੱਜੇ ਫਿਰ ਹੋਣਗੇ। ਬਾਈ ਦਾ ਵੀ ਬੇਟਾ ਬਾਹਰ ਗਿਆ, ਇਹਨਾਂ ਦਾ ਵੀ ਨੂੰਹ ਨਾਲ ਵਿਆਹ ਕਰਾ ਕੇ ਬੱਚਾ ਗਏ, ਜੇ ਬੱਚੇ 'ਤੇ ਤਸ਼ੱਦਦ ਹੋਣ ਲੱਗ ਜੇ ਉੱਥੇ ਫਿਰ। ਅਸੀਂ ਪਹਿਲਾਂ ਲੈ ਕੇ ਗਏ ਤੁਹਾਡੇ ਪੁਲ ਕੰਜਰੀ ਤੋਂ ਲੈ ਗਏ, ਉਹਨਾਂ ਦੇ ਘਰ ਲੱਭ ਗਏ, ਅਸੀਂ ਕਿੰਨੇ ਲੈ ਕੇ ਗਏ, ਇੱਕ ਜਸਰੌਰ ਤੋਂ ਲੈ ਕੇ ਉਹਦਾ ਘਰ ਨਹੀਂ ਲੱਭਿਆ, ਬਾਕੀ ਸਭ ਦੇ ਘਰ ਲੱਭ ਗਏ ਯਾਰ। ਇਹ ਚੀਜ਼ ਗਲਤ ਆ। ਆਪਣੇ ਨਗਰ ਨਗਰ 'ਚ 100 ਨੇ ਵੀਰੇ, ਉਰੇ ਆਪਣੇ ਨਗਰ ਨਗਰ 'ਚ 100 ਨੇ ਜੀ ਉਰੇ, ਇਹ ਗਲਤ ਆ ਵੀਰੇ, ਬਿਲਕੁਲ ਗਲਤ ਆ। ਤੁਸੀਂ ਸਾਡੇ ਅਸੀਂ 2-2, 3-3 ਲੈ ਜਾਂਗੇ, ਸਾਨੂੰ 2 ਗੁਰੂ ਘਰ ਇਕੱਠੇ ਕਰਕੇ ਹੁਣੇ ਲੈ ਜਾਂਗੇ, ਜਿੰਨੀ ਗੱਡੀ ਭਰ ਕੇ ਲੈ ਜਾਂਦੇ ਜੀ, ਅਸੀਂ ਤਾਂ ਘਰੇ ਪਹੁੰਚਾਉਣਾ ਇਹਨਾਂ ਨੂੰ, ਸਾਡਾ ਤੁਹਾਡੇ ਨਾਲ ਨਹੀਂ ਕੋਈ ਵੀਰੇ ਹੈਗਾ ਵੈਰ ਵਿਰੋਧ। ਪਰ ਵੀਰੇ ਦੁੱਖ ਇਸ ਚੀਜ਼ ਦਾ ਵੀ ਸਾਡਾ ਅੰਮ੍ਰਿਤਸਰ ਜ਼ਿਲ੍ਹਾ ਉਹ ਜ਼ਿਲ੍ਹਾ ਜਿਹੜਾ ਮਤਲਬ ਦੁਨੀਆਂ ਨੂੰ ਸ਼ੀਸ਼ਾ ਦਿਖਾਉਂਦਾ ਸੀ, ਪਰ ਅਸੀਂ ਅੱਜ ਕਿੱਧਰ ਨੂੰ ਤੁਰ ਪਏ ਵੀਰੇ? ਹੱਥ 'ਤੇ ਵੀ ਇੱਕ ਓਂਕਾਰ ਲਿਖਿਆ, ਪੰਜਾਬੀ ਬੰਦਾ ਜੀ, ਕੋਈ ਯੂਪੀ MP ਦਾ ਹੁੰਦਾ ਉਹ ਤਾਂ ਗੱਲ ਮੰਨ ਵੀ ਲੈਂਦੇ ਵੀ ਦੂਰ ਦੇ ਦਾ ਐਡਰੈਸ ਨਹੀਂ ਲੱਭਿਆ ਜੀ। ਆ ਜਾਓ ਵੀਰੇ, ਆ ਜਾਓ, ਦੇਖੀ ਦੂਜੇ ਬੰਦੇ ਦਾ ਤਾਂ ਮੰਨ ਲੈਂਦੇ ਹਾਂ ਜੀ ਵੀਰੇ ਵੀ ਐਡਰੈਸ ਨਹੀਂ ਲੱਭਿਆ, ਇਹ ਤਾਂ ਗੱਲੇ ਕੁਛ ਨਹੀਂ ਹੈਗੀ ਵੀਰੇ, ਐਡਰੈਸ ਲੱਭਣੀ, ਲੁਧਿਆਣਾ ਤਾਂ ਨੇੜੇ ਪਿਆ ਜਮੀ ਵੀਰੇ, ਅਸੀਂ ਉੱਥੇ ਪਹੁੰਚਾਇਆ ਜਿੱਥੇ ਆਪਣਾ ਦੇਸ਼ ਦਾ ਐਂਡ ਆ। ਹਾਂਜੀ, ਨਹੀਂ ਇੱਕ ਮਿੰਟ, ਇਹਨੇ ਇੱਕ ਮਿੰਟ, ਮੇਰਾ ਫੋਨ ਦਿਓ, ਛੋਟਾ ਫੋਨ ਦਿਓ, ਮੈਂ ਦਿਖਾ, ਮੈਂ ਤੁਹਾਨੂੰ ਐਡਰੈਸ ਦਿਖਾਉਣਾ ਇਹਦਾ, ਤੁਸੀਂ ਇੱਕ ਮਿੰਟ ਰੁਕੋ। ਲਓ ਤੁਸੀਂ ਜੇ ਗਲਤ ਹੋਇਆ ਤਾਂ ਦੱਸਿਓ ਜੀ, ਜੇ ਸਾਡਾ ਇਹ ਗਲਤ ਹੋਇਆ ਤਾਂ ਸਾਨੂੰ ਤੁਸੀਂ ਦੱਸ ਦਿਓ, ਬੋਲ ਕੇ ਵੀ ਭਾਈ ਇਹ ਗਲਤ ਆ। ਲਓ ਜੀ, ਤਰਨਜੀਤ ਸਿੰਘ ਦਾ ਨਾਮ ਆ, ਸੰਤੋਖ ਸਿੰਘ ਦੇ ਪਿਤਾ ਦਾ ਨਾਮ ਆ, ਬਲਵੀਰ ਕੌਰ। ਤੁਹਾਡੀ ਮਾਤਾ ਦਾ ਨਾਮ ਕੀ ਆ? ਮਾਤਾ ਦਾ ਨਾਮ ਕੀ ਆ? ਹਾਂ ਦਲਵੀਰ ਕੌਰ, ਪਰ ਤਾਂ ਬਲਵੀਰ ਲਿਖਤਾ ਮੈਂ। ਆਹ ਕੀ ਲਿਖਿਆ ਤੈਨੇ, ਲਿਖਾਈ ਤੇਰੀ ਆ, ਕੀ ਲਿਖਿਆ? ਬਾਪੀ ਆਣਾ। ਆਹ ਕੀ ਲਿਖਿਆ ਅੱਗੇ? ਹੈਂ ਅੱਗੇ ਕੀ ਲਿਖਿਆ? ਅੱਗੇ ਅੱਗੇ ਕੀ ਲਿਖਿਆ? ਹੈਂ ਹਾਂ ਸਾਂਗਲਾ। ਆਹ ਦੇਖੋ ਜੀ, ਸਾਂਗਲਾ ਦੱਸ ਰਿਹਾ ਜੀ, ਸਾਂਗਲਾ ਅੱਗੇ ਦੱਸਿਓ, ਅੱਗੇ ਦੱਸਿਓ, ਆਹ ਕੀ ਲਿਖਿਆ? ਡਾਕਖਾਨਾ ਕੀ ਆ? ਸਾਂਗਲਾ ਆ ਗਿਆ। ਅੱਗੇ ਕੀ ਲਿਖਿਆ ਤੁਸੀਂ ਦੱਸੋ, ਬਲਾਕ ਕੀ ਆ? ਮੱਦੀਪੁਰ। ਕੁਛ ਵੀ ਨਹੀਂ ਹੈਗਾ, ਇੱਕ ਮਿੰਟ ਦਾ ਐਡਰੈਸ ਆ ਜੀ, ਮੱਦੀਪੁਰ ਬਲਾਕ ਆ ਅਤੇ ਡਾਕਖਾਨਾ ਸਾਂਗਲਾ। ਹਾਂਜੀ ਹਾਂਜੀ, ਇਹੀ ਦੱਸੂਗਾ ਜੀ, ਤਰਨਜੀਤ ਸਿੰਘ ਨਾਮ ਆ ਇਹਦਾ, ਪਿਤਾ ਦਾ ਨਾਮ ਸੰਤੋਖ ਸਿੰਘ ਆ ਜੀ, ਸਾਰਾ ਪਰਿਵਾਰ ਆ ਇਹਨਾਂ ਦੇ ਘਰੇ, ਇੱਦਾਂ ਦੀਆਂ ਗੱਡੀਆਂ ਵੀ ਹੈਗੀਆਂ ਘਰੇ ਦੇ, ਤੁਸੀਂ ਦੇਖਿਓ। ਚਲੋ ਜੇ ਨਾ ਹੋਣ ਤਾਂ ਮੈਨੂੰ ਦੱਸ ਦਿਓ, ਸਾਲ ਪਹਿਲਾਂ ਦਾ ਤਾਂ ਤਰਨਜੀਤ ਦੱਸ ਰਿਹਾ ਜੀ, ਇਹ ਸਾਲ ਪਹਿਲਾਂ ਤੋਂ ਹੀ ਤੁਸੀਂ ਹੀਰਾ ਰੱਖਿਆ, ਠੀਕ ਆ ਉਹ ਕੋਈ ਗੱਲ ਨਹੀਂ, ਪਰ ਦੁੱਖ ਦੀ ਗੱਲ ਇਹ ਆ ਵੀਰੇ, 3 ਪਰਿਵਾਰ ਦਾ ਇੱਕ ਬੰਦੇ ਨੇ ਗੋਹਾ ਚੱਕਣਾ ਕਿਤੇ ਸੌਖੀ ਗੱਲ ਆ ਜੀ? ਇਹਦੀ ਉਮਰ ਤੁਸੀਂ ਕਿੰਨੀ ਕੁ ਮੰਨਦੇ ਹੋ? ਬਹੁਤੀ ਉਮਰ ਨਹੀਂ ਹੈਗੀ ਜੇ ਤੁਸੀਂ ਕਹੋ, ਇੰਨਾ ਚੀੜਾ ਨਹੀਂ ਹੈਗਾ ਜੇ ਤੁਸੀਂ ਕਹੋ, ਹੈ ਸੌਂਦਾ ਵੀ ਨੀਚੇ ਆ, ਇਹ ਵੀ ਗੱਲ ਸੱਚ ਆ। ਨਹੀਂ ਠੀਕ, ਇੱਕ ਜਣਾ ਜਾ ਕੇ ਦੇਖਿਓ, ਦੇਖੀ ਕਮਲ, ਦੇਖੀ ਕਮਲ, ਦੇਖੀ ਜਦ ਕਿ ਦੇਖੀ ਮੰਜਾ ਵੀਰੇ, ਜਗਾ ਸਕਦੇ ਅਸੀਂ ਕੁਛ ਨਹੀਂ ਕਰ ਸਕਦੇ, ਪਰਚੇ ਕਰਾ ਸਕਦੇ। ਕਿੱਥੇ ਆ? ਹਾਂ ਵੀਰੇ, ਹੀਰੇ ਜਾਣਾ, ਘਰੇ ਜਾਣਾ ਪਹਿਲਾਂ ਇੱਕ ਵਾਰੀ ਦੱਸ ਦਿਓ ਗੱਡੀ 'ਚ, ਚੱਲ ਫਿਰ। ਹਾਂ ਹਾਲਾਤ ਨੇ ਜੀ ਸਾਡੇ ਇਸ ਭਰਾ ਦੇ,
ਆਹ ਹਾਲਾਤ ਨੇ ਸੰਗਤ ਜੀ, ਤੁਸੀਂ ਦੇਖ ਲਓ ਚੱਪਲਾਂ ਤੋਂ ਲੈ ਕੇ ਸਿਰ ਤੱਕ ਇਹਦੇ ਹੱਥ ਨਿਗਾਹ ਮਾਰ ਲਿਓ ਤੁਸੀਂ। ਆ ਸਾਡੇ ਭਰਾ ਦੇ, ਸਾਡੇ ਭਰਾ ਦੇ, ਪੰਜਾਬੀ ਭਰਾ ਦੇ ਹਾਲਾਤ ਨੇ। ਆ ਗਏ ਸਰਪੰਚ ਸਾਹਿਬ? ਅੱਛਾ ਬਾਈ ਜੀ, ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਬਾਈ ਜੀ। ਅਸੀਂ ਨਾ ਜੀ ਇਹਨੂੰ ਲੈਣ ਆਇਆ, ਮੁੰਡੇ ਨੂੰ ਇਹਨੂੰ ਲੈਣ ਆਇਆ ਜੀ ਵੀਰੇ। ਸਰਪੰਚ ਸਾਹਿਬ ਇਹਦਾ ਲੁਧਿਆਣੇ ਦਾ ਤਰਨਜੀਤ ਦਾ ਨਾਮ, ਇਹਦੇ ਪਿਤਾ ਦਾ ਨਾਮ ਗੈਸਪੁਰਾ ਦੇ ਵਿੱਚ ਰਹਿੰਦਾ ਅਤੇ ਬਲਾਕ ਵੀ ਇਹਦੀ, ਸਾਰਾ ਕੁਛ ਇਹਨੂੰ ਪਤਾ, ਮਤਲਬ ਕਲੀਅਰ ਪਤਾ। 8 ਸਾਲ ਤੋਂ ਇਹਨੂੰ ਕਰੀਬ ਇਹਦਾ ਪਰਿਵਾਰ ਲੱਭ ਰਿਹਾ, ਕਰੀਬ 400-500 ਬੰਦਾ ਤੁਹਾਡੇ ਏਰੀਏ ਦਾ, ਤੁਹਾਡੇ ਏਰੀਏ 'ਚ ਆ, ਜਿਹੜਾ ਸਾਡੇ ਕੋਲ ਆ ਜੀ, ਜਿਹੜੀ ਪੁਲਿਸ ਵੀ ਮੰਨਦੀ ਆ ਵੀ ਤੁਹਾਡੇ ਏਰੀਏ 'ਚ ਆ ਬੰਦਾ ਉਹ ਹੌਲੀ ਹੌਲੀ ਜਿੰਨੇ ਅਸੀਂ ਕੱਢ ਸਕਦੇ ਹਾਂ ਵੀਰੇ ਉੱਨੇ ਕੁ। ਸਾਡਾ ਉਹਨਾਂ ਨਾਲ ਕੋਈ ਬੈਰ ਨਹੀਂ, ਸਾਡਾ ਬੈਰ ਆ ਸੋਚ ਗਲਤ ਨਾਲ। ਅਸੀਂ ਨਹੀਂ ਸਰਪੰਚ ਸਾਹਿਬ ਤੁਸੀਂ ਵੀ ਗਲਤ ਬੋਲ ਰਹੇ ਹੋ ਜੀ। ਦੇਖੋ ਤੁਸੀਂ ਇੱਕ ਜ਼ਿੰਮੇਵਾਰ ਬੰਦੇ ਹੋ, ਇਹਨੂੰ 8 ਸਾਲ ਹੋ ਗਏ ਸਰਪੰਚ ਸਾਹਿਬ, 8 ਸਾਲ ਹੋ ਗਏ ਜੀ। ਨਹੀਂ ਬਿਲਕੁਲ ਨਹੀਂ, ਬਿਲਕੁਲ ਨਹੀਂ ਜੀ, ਤੁਸੀਂ ਬਿਲਕੁਲ ਝੂਠ ਬੋਲ ਰਹੇ ਹੋ ਜੀ। 8 ਸਾਲ ਹੋ ਗਏ ਜੀ, ਤੁਹਾਡੇ ਪਿੰਡ 'ਚ 100 ਬੰਦਾ ਇੱਥੇ। ਇਹਨੂੰ ਪਿੰਡ 'ਚ 8 ਸਾਲ ਹੋ ਗਏ ਉਰੇ ਜੀ, ਤੁਸੀਂ ਉਰੇ ਨਹੀਂ। ਉਹ ਕੋਈ ਗੱਲ ਨਹੀਂ ਜੀ, ਜਿਹੜਾ ਬੰਦਾ ਮੈਂਟਲੀ ਆ ਉਹ ਤਾਂ ਹੀ ਫਸ ਗਿਆ ਜੀ ਉਰੇ, ਚੰਗਾ ਭਲਾ ਨਹੀਂ ਫਸਦਾ। ਆਪਣੇ ਬੱਚੇ ਫਸ ਜਾਣਗੇ ਜੀ, ਮੈਂ ਫਸ ਜੂੰ ਕਿਤੇ, ਮੈਨੂੰ ਫਸਾ ਲਓ ਕੋਈ, ਨਹੀਂ ਫਸਾ ਸਕਦਾ। ਜਿਹੜਾ ਮੈਂਟਲੀ ਆ ਉਹੀ ਫਸੂਗਾ ਜੀ। ਨਹੀਂ ਸੱਚ, ਤੁਸੀਂ ਇੱਕ ਗੱਲ ਦੇਖੋ ਵੀਰ ਜੀ, ਤੁਸੀਂ ਇਹ ਝੂਠ ਬੋਲਿਆ ਵੀ, ਦੇਖੋ ਮੇਰੀ ਬੇਨਤੀ ਸੁਣੋ, ਤੁਸੀਂ ਇਹੀ ਗੱਲ ਗੁਰਦੁਆਰਾ ਸਾਹਿਬ ਖੜ੍ਹ ਕੇ ਕਹਿ ਸਕਦੇ ਹੋ ਵੀ ਇਹਨੂੰ 1.5 ਮਹੀਨਾ ਹੋਇਆ ਇਹਨੂੰ, ਤੁਸੀਂ ਗੁਰਦੁਆਰਾ ਸਾਹਿਬ ਖੜ੍ਹ ਕੇ ਕਹਿ ਸਕਦੇ ਹੋ? ਆਪਾਂ ਗੁਰਸਿੱਖ ਹਾਂ, ਗੁਰੂ ਨੂੰ ਮੰਨਦੇ ਹਾਂ, ਚਲੋ ਆਪਾਂ ਗੁਰੂ ਸਾਹਿਬ ਨੂੰ ਮੰਨਦੇ ਹਾਂ, ਅੰਮ੍ਰਿਤ ਵੇਲਾ ਕੋਈ ਝੂਠ ਬੋਲੂਗਾ ਜਿਹੜਾ ਉਹਨੂੰ ਪਰਮਾਤਮਾ ਨੂੰ ਜਾਣ ਦੇਣੀ ਆ ਉਹਨੇ। ਦੂਜੀ ਗੱਲ ਨਹੀਂ ਜੀ, ਮੈਂ ਕਹਿਣਾ ਜੀ ਤੁਸੀਂ ਕਿਹਾ 1.5 ਮਹੀਨਾ ਹੋਇਆ, ਤੁਸੀਂ ਗੁਰਦੁਆਰਾ ਸਾਹਿਬ ਖੜ੍ਹ ਕੇ ਕਹਿ ਦੋ 1.5 ਮਹੀਨਾ ਹੋਇਆ ਜੀ, ਖੜ੍ਹ ਕੇ ਕਹਿ ਦਿਓ ਜੀ ਅਸੀਂ ਮੰਨ ਲੈਂਦੇ ਜੀ। ਇਹਨੂੰ ਘੱਟੋ ਘੱਟ 7-8 ਸਾਲ ਹੋ ਗਏ ਜੀ ਉਰੇ ਪਿੰਡ ਦੇ ਵਿੱਚ ਤੁਹਾਡੇ ਘਰੇ ਜੀ। ਉਹ ਬਾਈ ਜੀ ਤੁਹਾਡੇ 3 ਜਣਿਆਂ ਦਾ ਤਾਂ ਗੋਹਾ ਚੱਕਦਾ ਜੀ, ਤੁਹਾਡੇ 3 ਪਰਿਵਾਰਾਂ ਦਾ ਚੱਕਦਾ ਨਹੀਂ ਜੀ, ਇਹਦੇ ਹੱਥੀ ਤਾਂ ਤੁਹਾਡੇ ਬੱਚੇ ਖੇਡਦੇ ਖੇਡਦੇ ਬਾਹਰ ਗਏ ਨੇ ਜੀ। ਪਰ ਮੇਰੀ ਉਦਾਹਰਨ ਤੁਹਾਡੇ ਅੱਗੇ ਆ ਵੀਰ ਜੀ, ਤੁਸੀਂ ਸਾਡੇ ਤੋਂ ਉਮਰ 'ਚ ਵੀ ਵੱਡੇ ਹੋ, ਵੀਰ ਚਾਹੇ ਸਾਡੇ ਹਾਣ ਦਾ ਹੀ ਹੋਵੇ, ਤੁਹਾਡਾ ਬੱਚਾ ਬਾਹਰ ਚਲਿਆ ਗਿਆ, ਦੂਜੇ ਨੇ ਚੱਲ ਜਾਣਾ, ਤੀਜੇ ਨੇ ਚੱਲ ਜਾਣਾ, ਜਾਣਾ ਤਾਂ ਹੈਗਾ। ਮੰਨ ਲਓ ਤੁਹਾਡੇ ਬੱਚੇ ਨਾਲ ਗਲਤ ਹੋ ਜਾਵੇ, ਤੁਹਾਡੇ ਬੱਚੇ ਨੂੰ ਕੋਈ ਫੜ ਲਵੇ, ਹੁਣ ਸਾਡੇ ਕੋਲ ਸਿੰਗਾਪੁਰ 'ਚ ਵੀ ਫਸੇ ਵੇ ਹੈਗੇ ਪਰਿਵਾਰ, ਕੁੜੀਆਂ ਸਾਡੀਆਂ ਭੈਣਾਂ, ਜਦੋਂ ਉਰੇ ਵਾਪਸ ਆਉਂਦੀਆਂ ਨੇ ਆਪਾਂ ਹਾਰ ਪਾ ਕੇ ਲੈ ਕੇ ਆਉਂਦੇ ਹਾਂ, ਪਰ ਇਹਨਾਂ ਨੂੰ ਕੋਈ ਨਹੀਂ ਪੁੱਛਦਾ। ਆਪਾਂ ਆਪ ਨਹੀਂ ਸੁਧਰਨਾ ਚਾਹੁੰਦੇ, ਸਾਡੇ ਬੱਚੇ ਨਾ ਫਸਣ, ਦੂਜਾ ਆਪਾਂ ਫਸਾ ਕੇ ਰੱਖੀਏ, ਮਤਲਬ ਇਹ ਚੀਜ਼ ਨਹੀਂ ਵੀਰੇ ਵਧੀਆ ਗੱਲ ਨਹੀਂ ਹੈਗੀ। ਤੁਹਾਡੇ ਪਿੰਡ ਪਿੰਡ 'ਚ 100 ਬੰਦਾ ਜੀ, ਅੱਜ ਅਸੀਂ ਇੱਕ ਹੋਰ ਤੁਹਾਡੇ ਨੇੜੇ ਤੇੜੀ ਇੱਕ ਬੀਬੀ ਨਾਲ ਬਹੁਤ ਧੱਕਾ ਹੁੰਦਾ, ਉਹਦੇ ਨਾਲ ਗਲਤ ਵੀ ਲੋਕ ਕਰਦੇ ਨੇ, ਅਸੀਂ ਉਹ ਵੀ ਪ੍ਰੂਫ ਕਰਦਾ ਕਿ ਅਸੀਂ ਅੰਮ੍ਰਿਤਸਰ ਦਾ ਮੈਡੀਕਲ ਕਰਾਵਾਂਗੇ ਜਾ ਕੇ, ਅਸੀਂ ਮੇਰੇ ਘਰਦਿਆਂ ਨੂੰ ਮੇਰੇ ਮਾਤਾ ਜੀ ਨਾਲ ਆਏ ਨੇ, ਗੱਡੀ 'ਚ ਬੈਠੇ ਨੇ ਕਿਉਂਕਿ ਅਸੀਂ ਬੀਬੀ ਨੂੰ ਲੈ ਕੇ ਜਾਣਾ ਨਾਲ। ਪਰ ਅਸੀਂ ਵੀਰੇ ਕਿਉਂ ਝੂਠ ਬੋਲਾਂਗੇ ਤੁਹਾਨੂੰ? ਅਸੀਂ ਜੇ ਸਾਡੀ ਕੋਈ ਗੱਲ ਝੂਠ ਆ, ਤੁਸੀਂ ਨਗਰ ਖੜ੍ਹੇ ਹੋ, ਸਭ ਤੋਂ ਵੱਡੇ ਹੋ, ਸਾਨੂੰ ਦੱਸ ਦਿਓ, ਅਸੀਂ ਉੱਥੇ ਹੀ ਮੰਨ ਲੈਂਦੇ ਜਿਹੜੀ ਗੱਲ। ਫਿਰ 8 ਸਾਲ ਹੋਏ ਨਹੀਂ ਜੀ, 8 ਸਾਲ ਹੋਏ ਨਹੀਂ ਜੀ, ਨਹੀਂ ਜੀ ਤੁਸੀਂ ਗਲਤ, 8 ਸਾਲ ਹੋਏ ਨਹੀਂ ਜੀ ਆਏ ਨੂੰ ਜੀ, ਤੁਸੀਂ ਕਿੱਥੋਂ ਲੈ ਕੇ ਆਏ ਫਿਰ ਇਹਨੂੰ ਜੀ? ਐਵੇਂ ਕਿਵੇਂ ਆਜੂਗਾ ਬਾਈ ਜੀ ਮੁਖਤਿਆਰ ਸਿੰਘ ਜੀ, ਕਿਵੇਂ ਆਜੂਗਾ? ਤੁਹਾਡਾ ਸ਼ੁਭ ਨਾਮ ਕੀ ਹੈ ਜੀ? ਮੇਰਾ ਨਾਮ ਬਲਜੀਤ ਸਿੰਘ। ਬਲਜੀਤ ਸਿੰਘ ਜੀ ਕਿਵੇਂ ਆਜੂਗਾ? ਸਾਡੇ ਨਹੀਂ ਆਉਂਦਾ, ਅਸੀਂ ਸੰਸਥਾ ਚਲਾਉਂਦੇ ਹਾਂ, ਸਾਡੇ ਕੋਲ 100 ਦੇ ਕਰੀਬ ਬੰਦਾ ਰਹਿੰਦਾ, ਕਦੇ ਸਾਡੀ ਦੇਹਲੀ ਕਦੇ ਇੱਦਾਂ ਚਾਣ ਚੱਕ ਬੰਦੀ ਨਹੀਂ ਚੜਿਆ ਹੈਗਾ, ਸਾਨੂੰ 4 ਸਾਲ ਹੋ ਗਏ। ਬਾਬੇ ਨਾ ਪਿੱਛੇ ਰਾਮ ਟਾਲੀ ਵਾਲੇ ਇੱਥੇ ਆਏ ਸੇਵਾ ਲੈਣ, ਉਹ ਬਾਬੇ ਇੰਨੀ ਗੱਲ ਨਾ ਤੇ ਸਾਡੇ ਕੋਲ ਰਹਿੰਦਾ ਰਿਹਾ। ਚਲੋ ਗੁਰਦੁਆਰਾ ਸਾਹਿਬ ਤਾਂ ਵਿਚਾਰਾ ਰੋਟੀ ਖਾਊਗੀ ਜਾ ਕੇ, ਜਿੰਨੇ ਵੀ ਮੈਂਟਲੀ ਨੇ ਵਿਚਾਰੇ ਚਾਹ ਰੋਟੀ ਤਾਂ ਗੁਰਦੁਆਰਾ ਸਾਹਿਬ ਪੀਂਦੇ ਨੇ ਜਾ ਕੇ। ਮਤਲਬ ਸਾਡਾ ਕਹਿਣਾ ਇਹ ਆ ਵੀਰੇ,
ਵੀ 8 ਸਾਲ ਤੋਂ ਉਹਦਾ ਪਰਿਵਾਰ ਪਰੇਸ਼ਾਨ ਹੈ, ਦੱਸ ਰਿਹਾ। ਜੇ ਮੰਨ ਲਓ ਇਹ ਯੂਪੀ ਦਾ ਹੁੰਦਾ, ਐਮਪੀ ਦਾ ਹੁੰਦਾ, ਸਾਡੇ ਕੋਲ ਹੁਣ ਐਸੇ ਬੰਦੇ ਬੈਠੇ ਨੇ 20-25 ਜਿਨ੍ਹਾਂ ਦਾ ਸਾਨੂੰ ਹਜੇ ਐਡਰੈਸ ਨਹੀਂ ਲੱਭਿਆ, ਨਾ ਉਹ ਕੋਈ ਹਿੰਟ ਦੇ ਰਹੇ ਨੇ। ਜਿਹੜਾ ਬੰਦਾ ਮਾੜਾ ਜਿਹਾ ਹਿੰਟ ਦੇ ਜਾਂਦਾ 2 ਮਿੰਟ 'ਚ ਘਰ ਲੱਭ ਜਾਂਦਾ ਪੂਰੇ ਇੰਡੀਆ 'ਚ, ਕਿਉਂਕਿ ਲਿੰਕ ਬਣੇ ਹੋਏ ਨੇ, ਆਫਿਸਰ ਸਾਰੇ ਜੁੜੇ ਨੇ, ਸਾਰੇ ਸਹਾਇਤਾ ਕਰ ਰਹੇ ਨੇ। ਮੈਂ ਕਹਿੰਦਾ ਵੀਰੇ 7-8 ਸਾਲ ਇਹਨੇ ਉਰੇ ਕੱਢਤੇ, ਨਰਕ ਕੱਢਤਾ, ਗੋਹੇ ਢੋਂਦਾ ਫਿਰੀ ਗਿਆ, ਵੀ ਆਪਾਂ ਘਰੇ ਕਿਉਂ ਨਹੀਂ ਬਚਾਇਆ ਜੀ? ਇਹ ਕੁਛ ਵੀ ਗੱਲ ਨਹੀਂ ਸੀ। ਤੁਸੀਂ ਮੋਦੀ ਵਾਰ ਕਿਸੇ ਨੂੰ ਕਹਿੰਦੇ, ਕਿਸੇ ਹੁਣ ਆਮ ਆਦਮੀ ਦੀ ਸਰਕਾਰ ਹੈ, ਕਿਸੇ ਉਹਨੂੰ ਕਹਿੰਦੇ, ਕਿਸੇ ਪੁਲਿਸ ਨੂੰ ਕਹਿੰਦੇ, ਘਰੇ ਪਹੁੰਚ ਜਾਂਦਾ ਜੀ। ਕੀ ਪਤਾ ਇਹਨਾਂ ਦਾ ਪਰਚੀ ਕਰਾ ਦੇਣ ਕਰਦੇ ਤੁਹਾਡੇ 'ਤੇ, ਕੀ ਪਤਾ ਕੋਈ ਪਰਿਵਾਰਕ ਮੈਂਬਰ ਵਕੀਲੇ ਹੋਵੇ ਇਹਨਾਂ ਦੇ ਘਰੇ, ਖੁਦ ਇਹਨਾਂ ਦੇ ਘਰੇ ਵੀ ਗੱਡੀ ਆਉਣ ਜਾਣ ਨੂੰ ਵੀਰੇ, ਇਹਨਾਂ ਦੇ ਘਰੇ ਖੁਦ ਗੱਡੀ ਆਉਣ ਜਾਣ ਨੂੰ, ਇੱਦਾਂ ਨਹੀਂ ਹੈਗਾ ਵੀ ਗੋਹੀ ਚੱਕੀ ਜਾਊਗਾ ਵੀਰੇ। ਕੀ ਪਤਾ ਅਸੀਂ ਤਾਂ ਤੁਹਾਨੂੰ ਕਹਿ ਦਾਂਗੇ ਵੀ ਚਲੋ ਠੀਕ ਆ ਜੀ, ਤੂੰ ਪਰਮਾਤਮਾ ਦੇਖੂਗਾ। ਕੀ ਪਤਾ ਇਹਦਾ ਪਰਿਵਾਰ ਹੈ ਤੁਹਾਡੇ 'ਤੇ ਪਰਚਾ ਕਰਾ ਦੇ, 8 ਸਾਲ ਸਾਰੇ ਪਰਿਵਾਰ ਨੇ ਘਰੇ ਰੱਖਿਆ, ਤੁਸੀਂ 3 ਜਣਿਆਂ ਨੇ ਗੋਹਾ ਚੱਕਿਆ। ਉਹ ਤਾਂ ਚਲੋ ਵੀਰੇ, ਉਹ ਤਾਂ ਦੇਖੋ ਵੀਰੇ, ਬਾਅਦ ਉਹਦਾ ਹੱਲ ਇਹੀ ਹੈ ਇਸ ਟਾਈਮ ਤਾਂ ਵੀਰੇ, ਵੀ ਆਪਾਂ ਗੁਰਦੁਆਰਾ ਸਾਹਿਬ ਖੜ ਕੇ ਕਹਿ ਦਿਓ ਵੀ ਭਾਈ ਸਾਨੂੰ ਤਾਂ 2 ਮਹੀਨੇ ਹੋਏ ਨੇ, 1.5 ਮਹੀਨਾ ਹੋਇਆ, 1.5 ਮਹੀਨਾ ਹੋਇਆ, ਮਹੀਨਾ ਹੋਇਆ, ਖੜ ਕੇ ਕਹਿ ਦਿਓ, ਅਸੀਂ ਮੰਨ ਲੈਂਦੇ ਜੀ। ਸਾਨੂੰ ਤਾਂ ਉਹਦੇ 'ਤੇ ਯਕੀਨ ਆ ਗੁਰੂ 'ਤੇ। ਨਹੀਂ ਉਹ ਠੀਕ ਆ, ਨਗਰ ਬਿਲਕੁਲ ਉੱਤਮ ਆ, ਨਗਰ ਤਾਂ ਸਾਨੂੰ ਕੋਈ ਹੁਕਮ ਲਾ ਦੂਗਾ, ਸਰਪੰਚ ਸਾਹਿਬ ਖੜੇ ਨੇ ਜੀ, ਉਹੀ ਮੰਨ ਲਾਂਗੇ ਅਸੀਂ। ਉਹਨਾਂ ਦੀ ਨਹੀਂ, ਉਹਨਾਂ ਨਾਲ ਨਹੀਂ ਬਹਿਸ ਕਰ ਸਕਦੇ ਵੀ ਭਾਈ ਤੁਸੀਂ ਇੱਥੇ, ਕਿਉਂਕਿ ਉਹ ਇੱਕ ਸਤਿਕਾਰਯੋਗ ਨੇ, ਪਿੰਡ ਨੇ ਚੁਣੇ ਪਏ ਨੇ। ਅਸੀਂ ਤਾਂ ਤੁਹਾਨੂੰ ਕਹਿ ਸਕਦੇ ਹਾਂ ਉੱਚਾ ਨੀਵਾਂ, ਨਹੀਂ ਚਾਹ ਨਹੀਂ ਜੀ। ਮੈਂ ਸਾਡਾ ਸਵਾਲ ਇਹ ਹੈ ਜੀ, ਪਰ ਸਾਡਾ ਤੁਹਾਡੇ ਨਾਲ ਨਹੀਂ, ਉਹ ਠੀਕ ਹੈ ਜੀ, ਤੁਸੀਂ ਰੱਖ ਵੀ ਨਹੀਂ ਸਕਦੇ ਜੀ, ਨਹੀਂ ਰੱਖ ਸਕਦੇ ਵੀਰੇ। ਤੁਹਾਡੇ ਕੋਲ ਕਾਨੂੰਨ ਕੋਈ ਤੁਹਾਡੇ ਕੋਲ ਹੈ ਹੀ ਨਹੀਂ ਵੀਰੇ, ਪਲੀਜ਼ ਤੁਸੀਂ ਸਾਡੀ ਗੱਲ ਨੂੰ ਸਮਝੋ ਵੀਰੇ। ਅਸੀਂ ਤਾਂ ਤੁਹਾਨੂੰ ਜਗਾਉਣ ਆਏ ਹਾਂ ਇੱਥੇ, ਜੇ ਅਸੀਂ ਗਲਤ ਹਾਂ ਨਾ ਤੁਸੀਂ ਸਾਡੀ ਬਾਂਹ ਫੜ ਲਿਓ ਆ ਕੇ ਪਟਿਆਲੇ। ਪਰ ਵੀਰੇ ਸਾਡਾ ਕਹਿਣ ਦਾ ਮਤਲਬ ਇਹ ਵੀ ਸਾਨੂੰ ਦੁੱਖ ਪਤਾ ਕਿੱਥੇ ਲੱਗਦਾ ਜਦੋਂ ਕੋਈ ਆਪਣਾ ਗਾਂਹ ਖੜਾ। ਚਲੋ ਦੁਨੀਆ ਹੀ ਆਪਣੀ ਆ, ਸਾਰੀ ਦੁਨੀਆ ਹੀ ਆਪਣੀ ਆ, ਪਰ ਜਦੋਂ ਕੋਈ ਆਪਣੇ ਵਰਗਾ ਖੜਾ ਹੁੰਦਾ ਨਾ ਉੱਥੇ ਬਹੁਤ ਦੁੱਖ ਲੱਗਦਾ। ਸੱਚਾਈ ਆ ਵੀਰੇ, ਅਸੀਂ ਸੀਨਾ ਖੋਲ੍ਹ ਕੇ ਨਹੀਂ ਦਿਖਾ ਸਕਦੇ ਵੀਰੇ, ਪਰ ਦੁੱਖ ਉਦੋਂ ਵੱਧ ਲੱਗਦਾ ਵੀ ਇਹ ਪੰਜਾਬੀ ਭਰਾ। ਹੁਣ ਜੇ ਪੰਜਾਬੀ ਨੂੰ ਨਹੀਂ ਛਡਾਉਂਦੇ ਫਿਰ ਅਗਲਾ ਕਹਿੰਦਾ ਲੱਖ ਦੀ ਲਾਹਨਤ ਆ ਤੁਹਾਨੂੰ ਭਾਈ, ਤੁਸੀਂ ਪੰਜਾਬੀ 'ਤੇ ਤਸ਼ੱਦਦ ਹੋ ਰਿਹਾ, ਤੁਸੀਂ ਕਿਉਂ ਨਹੀਂ ਛਡਾਉਂਦੇ? ਸਾਨੂੰ 11 ਮਹੀਨੇ ਹੋ ਗਏ ਇਹਦੇ ਨਾਲ ਗੱਲ ਕਰਦੇ ਨੂੰ, ਕਿਵੇਂ ਹੀ ਕਰਦੇ ਤੇ ਹੁਣ ਤੁਹਾਨੂੰ ਕਿਵੇਂ ਦੱਸੀਏ ਵੀਰੇ? ਇਹ ਤਾਂ ਤੁਸੀਂ ਪੈਨ ਲਿਆਓ, ਹੁਣ ਲਿਖ ਦਿਓ 1 ਮਿੰਟ 'ਚ ਸਾਰਾ ਕੁਛ, ਪੈਨ ਦਿਓ ਜੀ, ਲਿਓ ਲਿਖਾਈਏ ਤੂੰ ਸਾਰਾ ਕੁਛ। ਆਹ ਦੇਖੋ ਕਾਪੀ ਹੈਗੀ, ਆਹ ਕੱਢੀ ਵੀਰੇ, ਲੈ ਸਾਰਾ ਕੁਛ ਲਿਖਾਓ ਵੀਰੇ। ਇਹਦੇ ਤੋਂ ਐਡਰੈਸ ਦੱਸਦਾ, ਤੁਹਾਡੀ ਗਲਤੀ ਬਾਈ ਜੀ ਇਹ ਆ, ਤੁਸੀਂ ਲੈ ਕੇ ਨਹੀਂ ਆਏ ਕਦੇ? ਦਿਓ ਪੈਨ, ਲੈ ਲਿਖ ਵੀਰੇ, ਅਤੇ ਐਡਰੈਸ ਲਿਖ ਆਪਣਾ ਬੈ ਕੇ ਇੱਥੇ ਖੜਾ, ਇਹਦੇ ਲਿਖ ਐਡਰੈਸ ਲਿਖ, ਲੈ ਲਿਖ ਦੇ ਆਪਣਾ ਨਾਮ ਲਿਖ ਦੇ ਵੀਰੇ, ਐਡਰੈਸ ਲਿਖ ਦੇ, ਭੇਜੀ ਆਪਾਂ ਤੁਹਾਨੂੰ ਘਰੇ। ਤੁਹਾਡਾ ਨਾਮ, ਮੰਮੀ ਡੈਡੀ ਦਾ ਨਾਮ ਲਿਖ ਦਿਓ, ਤੁਹਾਡਾ ਨਾਮ ਲਿਖ ਦਿਓ। ਪੰਜਾਬੀ ਪੜ੍ਹਿਆ ਵਾ ਸਾਰਾ ਕੁਛ ਆ ਵੀਰੇ ਯਾਰ, ਇਹ ਤਾਂ ਮੱਤ ਮਾਰਤੀ ਉਰੇ ਗੋਹੇ ਦੇ ਟੋਕਰੇ ਨੇ ਵੀਰੇ, ਇਹ ਤਾਂ ਮੱਤ ਤੁਹਾਨੂੰ ਲਿਖਤਾ। ਤੁਹਾਡਾ ਨਾਮ ਲਿਖ ਦਿਓ, ਤੁਹਾਡਾ ਨਾਮ ਲਿਖ ਦਿਓ। ਨਹੀਂ ਵੀਰੇ ਬੜਾ ਨਹੀਂ, ਮੁਖਤਿਆਰ ਸਿੰਘ ਜੀ ਨਿਕਲਿਆ, ਇਹ 8 ਸਾਲ ਦਾ ਤੁਹਾਡੇ ਕੋਲ ਹੋਊਗਾ, ਉਦੋਂ ਪਹਿਲਾਂ ਪਤਾ ਨਹੀਂ ਕਿੰਨੇ ਟਾਈਮ ਦਾ ਹੋਊਗਾ, ਉਹ ਤਾਂ ਬਾਅਦ 'ਚੋਂ ਪਤਾ ਲੱਗੂਗਾ। ਹਲੋ ਸੰਤੋਖ ਸਿੰਘ ਫਾਦਰ ਦਾ ਨਾਮ ਲਿਖਤਾ, ਚੀਮਾ ਗੋਤਾ। ਹੁਣ ਯਾਰ ਕੀ ਸਰਪੰਚ ਸਾਹਿਬ ਕੀ ਬੋਲੀਏ ਜੀ, ਇਸ ਤਾਂ ਸਾਡੇ ਤਾਂ ਸਮਝ ਤੋਂ ਬਾਹਰ ਆ ਜੀ। ਆ ਇਹਨੇ ਆਪਣੇ ਫਾਦਰ ਦਾ ਨਾਮ ਲਿਖਿਆ ਜੀ, ਸੰਤੋਖ ਸਿੰਘ ਚੀਮਾ। ਇਹ ਆ ਬਲਵੀਰ ਕੌਰ, ਇਹਦੀ ਮਾਤਾ ਦਾ ਨਾਮ, ਇਹਦਾ ਨਾਮ ਹੈ ਤਰਨਜੀਤ ਸਿੰਘ, ਤਰਨਜੀਤ ਸਿੰਘ ਚੀਮਾ। ਹੁਣ ਦੱਸੋ ਇਹਦੇ ਉੱਪਰ ਅਸੀਂ ਕੀ ਸਰਪੰਚ ਸਾਹਿਬ ਬੋਲੀ, ਕਿਉਂ ਨਹੀਂ ਉਹਨਾਂ ਨੇ ਮਤਲਬ ਘਰੇ ਪਹੁੰਚਾਇਆ ਜੀ? ਸਾਡਾ ਤੁਹਾਨੂੰ ਸਵਾਲ ਆ, ਪਰਿਵਾਰ ਇੰਨਾ ਕੁ ਗਰਮ ਹੋਊਗਾ, ਮੈਂ ਗਰੰਟੀ ਨਾਲ ਕਹਿੰਦਾ ਜੀ, ਉਹ ਕੀ ਕੁਛ ਕਰਨਗੇ, ਸਾਡੀ ਥੋੜ੍ਹੀ ਮੰਨਣਗੇ ਜੀ ਉਹ। ਬਿਲਕੁਲ ਬੋਲਦਾ ਜੀ, ਤੁਸੀਂ ਬੁਲਾਓ ਵੀਰੇ ਜੀ, ਬੁਲਾਓ ਬੁਲਾਓ ਹੀਰੇ, ਉੱਧਰ ਬੋਲ ਕੇ ਦਿਖਾਈ ਵੀਰੇ ਮਾੜਾ ਜਿਹਾ, ਕਿਹੜਾ ਪਿੰਡ ਆ ਤੁਹਾਡਾ ਦੱਸਿਓ, ਮਾੜਾ ਐਡਰੈਸ ਦੱਸਿਓ, ਬਲਾਕ ਦੱਸਦਾ, ਸਾਰਾ ਕੁਝ ਦੱਸਦਾ, ਤਹਿਸੀਲ ਦੱਸਦਾ, ਸਾਰਾ ਕੁਝ ਦੱਸਦਾ ਵੀਰੇ। ਤੁਸੀਂ ਪੁੱਛੋ ਜੀ, ਸਾਰਾ ਕੁਝ ਦੱਸੂਗਾ ਜੀ, ਪੁੱਛ ਲਓ। ਜਦੋਂ ਤੁਸੀਂ ਪਿਆਰ ਨਾਲ ਪੁੱਛਣਾ ਹੀ ਨਹੀਂ, ਤੁਸੀਂ ਸਿਰਫ ਵੀਰੇ ਦੇ ਸਿਰ 'ਤੇ ਟੋਕਰਾ ਚੁਕਾਇਆ, ਉਹਦਾ ਤੁਹਾਨੂੰ ਸਜ਼ਾ ਪਰਮਾਤਮਾ ਹੀ ਦੇਣ ਵਾਲਾ, ਅਸੀਂ ਨਹੀਂ ਕੁਛ ਕਰ ਸਕਦੇ। ਅਸੀਂ ਤਾਂ ਕੋਈ ਛੋਟੇ ਜਿਹੇ ਆਮ ਜਿਹੇ ਇਨਸਾਨ ਆ ਵੀਰੇ, ਹਰ ਰੋਜ਼ ਸਾਡਾ ਤਾਂ ਮਕਸਦ ਇਹਨਾਂ ਨੂੰ ਘਰੇ ਪਹੁੰਚਾਉਣਾ, ਸਾਡਾ ਕਿਸੇ ਨਾਲ ਲੜਨਾ ਨਹੀਂ। ਦੂਜੀ ਗੱਲ ਵੀਰੇ, ਪਰ ਸਾਡਾ ਫਿਰ ਤੁਹਾਨੂੰ ਸਵਾਲ ਆ ਵੀਰੇ, ਵੀ ਤੁਹਾਨੂੰ 8 ਸਾਲ ਜਮੀ ਨਹੀਂ ਵੀਰੇ ਤਰਸਾ ਯਾਰ, ਭਰਾ ਸੱਚ ਦੱਸੀ ਵੀਰੇ। ਚਲੋ 1 ਮਿੰਟ, 1 ਦਿਨ ਤਰਸ ਨਹੀਂ ਆਇਆ, ਚਲੋ ਲੈ ਦੇਖਿਓ ਨਿਗਾਹ ਮਾਰੋ ਤੁਸੀਂ, ਆਪਣੇ ਸਾਰਿਆਂ 'ਚ ਫਰਕ ਆ ਵੀਰੇ ਯਾਰ।
ਕੰਮ ਵਾਲਾ ਬੰਦਾ ਆਪਾਂ ਵੀ ਰੱਖਦੇ ਹਾਂ, ਆਪਣੇ ਵੀ ਪਿੰਡਾਂ 'ਚ ਬੰਦਾ ਹੁੰਦਾ ਉਹ ਰੱਖਦਾ ਦੋ ਘੰਟੇ, ਮੇਰੇ ਵੀ ਪਰਿਵਾਰਕ ਮੈਂਬਰ ਕੰਮ ਕਰਦੇ ਨੇ ਸਾਡੇ ਕੋਲ ਵੀ ਜ਼ਮੀਨ ਜਾਇਦਾਦ ਕਰਦਾ, ਦੋ ਘੰਟੇ ਨੂੰ ਨਹਾ ਲੈਂਦਾ। ਆਹ ਹਾਲਾਤ ਕਿਸੇ ਬੰਦੇ ਦੇ ਦਿਖਾ ਦਿਉ ਵੀਰੇ ਯਾਰ, ਦਿਖਾ ਤਾਂ ਦੋ ਕਿੱਥੇ ਨਹਾਉਂਦਾ ਵੀਰੇ, ਦਿਖਾਓ ਚਲੋ ਜੀ ਨਹਾਉਂਦਾ। ਗੋਹਾ ਤਿੰਨੇ ਪਰਿਵਾਰਾਂ ਦਾ ਇਕੱਲਾ ਸੁੱਟਦਾ ਵੀਰੇ, ਹੈ ਨਹੀਂ ਤੁਹਾਡੇ ਦੱਸਦੇ ਬਾਰ ਬਾਰ ਮੱਝਾਂ ਦੱਸੋ। ਚਲੋ ਫਿਰ ਕੌਣ ਸੁੱਟਦਾ? ਚੰਗਾ ਤੁਸੀਂ ਦੱਸ ਦਿਉ ਕੌਣ ਸੁੱਟਦਾ, ਤੁਸੀਂ ਦੱਸ ਦਿਉ ਕੌਣ ਸੁੱਟਦਾ, ਇਹ ਤੋਂ ਬਿਨਾਂ ਕੌਣ ਦੱਸ ਦਿਉ, ਤੁਸੀਂ ਦੱਸ ਦਿਉ ਇਹ ਤੋਂ ਬਿਨਾਂ ਕਿਹੜਾ ਸੁੱਟਦਾ ਗੋਹਾ, ਚਲੇ ਦੱਸ ਦਿਉ। ਇਕੱਲੀ ਸੁੱਟਦਾ ਵੀਰੇ ਯਾਰ, ਇਕੱਲੀ ਸੁੱਟਦਾ। ਤੁਸੀਂ ਟੋਕਾ ਜ਼ਰੂਰ ਕੁਤਰਾ ਦਿੰਦੇ, ਤੁਸੀਂ ਕੁਤਰਦਾ ਕਹਿੰਦੇ ਹੋ, ਅਸੀਂ ਟੋਕਾ ਕਰਨਾ ਕਹਿ ਦਿੰਦੇ ਹਾਂ, ਉਹ ਤੁਸੀਂ ਜ਼ਰੂਰ ਕਰ ਦਿੰਦੇ ਹੋ, ਬਾਂਹ ਬੂਹਾਂ ਦੇਲੇ ਵਿੱਚ ਕੰਮ ਖੜ ਜਾਓ ਤੁਹਾਡਾ। ਪਰ ਵੀਰੇ ਅਸੀਂ ਤੁਹਾਨੂੰ ਪੁੱਛਦੇ ਹਾਂ ਵੀ ਇਹ ਤੋਂ ਬਿਨਾਂ ਹੋਰ ਕੌਣ ਸੁੱਟਦਾ ਤਿੰਨ ਪਰਿਵਾਰਾਂ ਦਾ ਗੋਹਾ ਵੀਰੇ, ਦੱਸ ਤਾ ਦਿਉ। ਫਿਰ ਸਾਨੂੰ ਦੱਸੋ ਤੁਸੀਂ ਵੀਰੇ ਕਿਉਂ ਨਹੀਂ ਪਹੁੰਚਾਇਆ 8 ਸਾਲ ਤੋਂ ਘਰੇ, ਦੱਸ ਤਾ ਤੂੰ। ਸਾਨੂੰ ਸਾਡੀ ਸਮਝ ਤਾਂ ਲੱਗੇ ਗੱਲ ਵੀ, ਤੁਹਾਨੂੰ ਸਮਝ ਤਾਂ ਲੱਗੇ ਗੱਲ ਵੀ ਪਹੁੰਚਾਇਆ, ਆਹ ਗੱਲ ਤੋਂ ਨਹੀਂ ਹੈਗਾ, ਸਾਡੇ ਤਾਂ ਸਮਝ ਲੱਗ ਜਾਏ ਅਸੀਂ ਵੀ ਚੰਗੇ ਤੁਹਾਨੂੰ ਦੱਸਣ ਜੋਗੇ ਹੋ ਜਾਵਾਂਗੇ ਵੀਰੇ। ਨਹੀਂ ਵੀਰੇ ਦੱਸਦਾ ਵੀਰੇ, ਸਾਰਾ ਕੁਝ ਦੱਸਦਾ ਵੀਰੇ। ਕਿੰਨੇ ਕੁ ਸਾਲ ਹੋ ਗਏ ਰੱਖੇ ਨੂੰ ਵੀਰੇ, ਕਿੰਨੇ ਕੁ ਦਿਨ ਹੋ ਗਏ? ਇੱਕ ਬੋਲੇ ਮੈਨੂੰ ਲੱਗਦਾ ਇੱਕ ਦਿਨ ਘੱਟੇ ਹੋਇਆ, ਹਜੇ 29 ਦਿਨ ਹੋਏ ਨੇ ਵੀਰੇ, 29 ਦਿਨ ਹੋਏ ਨੇ, ਹਲੇ ਮਹੀਨਾ ਨਹੀਂ ਹੋਇਆ ਹੋਣਾ ਯਾਰ। ਤੁਸੀਂ ਇੱਕ ਮਿੰਟ ਅੰਮ੍ਰਿਤ ਵੇਲਾ ਪਲੀਜ਼, ਤੁਸੀਂ ਅੰਮ੍ਰਿਤ ਵੇਲਾ ਆਪਣੇ ਪਰਿਵਾਰ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਿਹੋ, ਅੱਜ ਮਹੀਨਾ ਹੀ ਹੋਇਆ, ਸੱਚੀ ਦੱਸਿਓ ਹਾਜ਼ਰ ਨਾਜ਼ਰ। ਤੁਸੀਂ ਕਹੋ ਵੀ ਮੈਂ ਆਪਣੇ ਪਰਿਵਾਰ ਨੂੰ ਹਾਜ਼ਰ ਨਾਜ਼ਰ ਜਾਣ ਕੇ ਗੱਲ ਕਹਿ ਰਿਹਾ ਵੀ ਮਹੀਨਾ ਹੋਇਆ ਨੂੰ, ਤੁਸੀਂ ਕਹੋ ਗੁਰਦੁਆਰਾ ਸਾਹਿਬ ਖੜ੍ਹ ਕੇ ਕਹੋ ਯਾਰ, ਨਹੀਂ ਅਸੀਂ ਕਹਿੰਦੇ ਵੀ 8 ਸਾਲ ਹੋ ਗਏ ਨੂੰ, ਅਸੀਂ ਪ੍ਰੂਫ ਕਰਦੇ ਹਾਂ ਤੁਹਾਡੇ ਪਿੰਡੋਂ 20 ਦੱਸ ਦੇਣਗੇ, ਤੁਹਾਡੇ ਪਿੰਡ 'ਚ 100 ਬੰਦੇ ਹੀ ਆ, ਪਹਿਲਾਂ ਚਲੋ ਸਾਨੂੰ ਸਾਰੇ ਹੀ ਦੇ ਦਿਓ, ਇਕੱਠਾ ਕਰਕੇ ਅਸੀਂ ਲੈ ਜਾਂਦੇ ਹਾਂ। ਮੇਰੀ ਗੱਲ ਨੂੰ ਸੁਣੋ, ਸਾਡੀ ਇਹ ਨਹੀਂ ਹੈਗਾ ਜੇ ਅਸੀਂ ਸਾਡੀ ਦੇਖੋ ਜੇ ਕਿਸੇ ਨੇ ਕੋਈ ਗਲਤ ਆ, ਮੇਰੇ ਕਹਿਣ ਦਾ ਮਤਲਬ ਕੀ ਆ, ਸਾਡਾ ਇੱਕ ਸ਼ਬਦ ਵੀ ਗਲਤ ਦੱਸ ਦਿਓ, ਅਸੀਂ ਕਿਸੇ ਦੀ ਵੈਰ ਵਿਰੋਧ 'ਚ ਨਹੀਂ ਆਉਂਦੇ ਹੈਗੇ ਵੀਰੇ, ਅਸੀਂ ਕਿਸੇ ਦੀ ਵੈਰ ਵਿਰੋਧ 'ਚ ਨਹੀਂ ਆਉਂਦੇ ਹੈਗੇ, ਅਸੀਂ ਆਉਂਦੇ ਹਾਂ ਸਿਰਫ ਇਹਦੇ ਨਾਲ ਧੱਕਾ ਹੋਇਆ ਤਾਂ ਆਏ, ਸਾਡਾ ਕਿਸੇ ਨਾਲ ਵੈਰ ਵਿਰੋਧ ਇਹ ਥੋੜ੍ਹੀ, ਸਾਨੂੰ ਕੋਈ ਕਹਿ ਦੂ ਸਾਡੀ ਕਿਸੇ ਨਾਲ ਦੁਸ਼ਮਣੀ ਆਈ ਆ, ਕੱਢ ਦਿਓ ਜੀ, ਅਸੀਂ ਦੁਸ਼ਮਣੀ ਕੱਢਣ ਨੂੰ ਨਹੀਂ ਹੈਗੇ ਵੀਰੇ, ਇਹਦੇ ਜੇ ਨਾਲ ਧੱਕਾ ਹੋਇਆ ਕੀ ਹੋ ਗਿਆ ਜੀ। ਠੀਕ ਆ ਤੁਹਾਡੀ ਗੱਲ, ਪਿੰਡਾਂ 'ਚ ਚੱਲਦੀਆਂ ਨੇ ਗੱਲਾਂ, ਪਰ ਮੈਂ ਵੀਰ ਨੂੰ ਪੁੱਛਦਾ, ਵੀਰ ਨੇ ਕਿਹਾ ਵੀ ਮਤਲਬ ਇਹਦਾ ਮਹੀਨਾ ਹੋਇਆ, ਮੈਂ ਪੁੱਛ ਰਿਹਾ ਜੇ ਨਾ ਕੋਈ ਗੱਲ ਗਲਤ ਨਹੀਂ ਕੀ, ਉਹ ਦੱਸ ਦੇਣ ਹਾਜ਼ਰ ਨਾਜ਼ਰ ਜਾਣ ਕੇ, ਫਿਰ ਉਹ ਮਤਲਬ ਗਲਤ ਬੋਲ ਰਹੇ ਨੇ, ਝੂਠ ਬੋਲ ਰਹੇ ਨੇ ਜੀ, ਉਹ ਕਦ ਲਈ ਜੀ ਉਹ? ਚਲੋ ਠੀਕ ਆ, ਉਹ ਤੁਹਾਡੀ ਕੋਈ ਗੱਲ ਹੋ ਗਈ, ਉਹ ਠੀਕ ਆ, ਉਹ ਮਰਦਾਂ ਦੀ ਪੈਂਦੀ ਹੈ ਮੁਸੀਬਤ, ਉਹ ਠੀਕ ਆ, ਹਾਂਜੀ ਉਹ ਤੁਹਾਡੀ ਗੱਲ ਠੀਕ ਆ, ਉਹ ਬੰਦਿਆਂ ਦੀ ਪੈਂਦੀ ਹੈ ਮੁਸੀਬਤ। ਤੁਸੀਂ ਆਪ ਕਹਿਣਾ ਵੀ ਉਹ ਨਜਾਇਜ਼ ਹੋਇਆ ਘਰ ਬੈਠੇ, ਪੁਲਿਸ ਇਨਸਾਫ ਵੀ ਦਊਗੀ ਤੁਹਾਨੂੰ, ਤੁਸੀਂ ਉਹ 'ਚ ਬਰੀ ਵੀ ਹੋ ਜਾਓਗੇ, ਸਭ ਕੁਛ ਹੋ ਜਾਊਗਾ, ਠੀਕ ਆ, ਮਾੜੀ ਮੋਟੀ ਹਰਾਸਮੈਂਟ ਹੁੰਦੀ ਆ, ਠੀਕ ਆ ਕਿ ਨਹੀਂ, ਪਰ ਉਹ 'ਚ ਸਹੀ ਹੋ ਜਾਓਗੇ ਤੁਸੀਂ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ। ਹੁਣ ਜਦੋਂ ਮੈਂ ਇਹ ਰੱਖੇ ਆ ਨਾ, ਤੁਸੀਂ ਜੇ ਆਪਣਾ ਜਵਾਕ ਸਮਝਦੇ, ਆਪਣੇ ਜਵਾਕ ਨੂੰ ਆਪਾਂ ਇੱਕ ਦਿਨ ਬੁਖਾਰ 'ਚ ਕਰਾ ਲਵਾਂਗੇ ਕੰਮ, ਏ ਸੀ 'ਚ ਪਾਉਂਦੇ ਹਾਂ, ਵਧੀਆ ਆਪਾਂ, ਚਲੋ ਘਰ ਬਾਰ ਵੀ ਵਧੀਆ ਆਪਣੇ ਕੋਲ, ਇਹਦੀ ਕੋਈ ਤਨਖਾਹ ਬੰਨੀ ਆ, ਕੋਈ ਥਾਣੇ ਦੱਸਿਆ ਵੀ ਸਾਡੇ ਕੋਲ ਬੰਦਾ ਆ ਗਿਆ, ਚਲੋ ਤਾਂ ਕੀ ਫਾਇਦਾ ਫਿੱਟ ਦੱਸੋ, ਨਾਲੇ ਇਹਦੀ ਤਾਂ ਉਮਰ ਜਵਾਕ ਆ, ਤੁਹਾਡੇ ਤਾਂ ਜਵਾਕਾਂ ਵਰਗਾ ਵਿਚਾਰਾ, ਬੱਚਿਆਂ ਵਾਂਗੂ ਰੱਖੀ ਹੀ ਨਹੀਂ ਹੋਇਆ ਜੀ ਵੀਰੇ, ਰੱਖਿਆ ਹੁੰਦਾ ਵੀਰੇ ਯਾਰ, ਮਾਰਨਾ ਨਹੀਂ ਇਹਦੇ ਸਿਰ ਤੋਂ, ਤੁਸੀਂ ਇਹ ਦੱਸ ਦਿਓ ਟੋਕਰਾ ਕਿੰਨਾ ਟਾਈਮ ਬਾਅਦ ਉਤਰਦਾ? ਮੈਂ ਤਾਂ ਦੱਸਦਾ ਇੱਕ ਛੋਟੀ ਜਿਹੀ ਉਦਾਹਰਨ ਦਿਓ,
ਜਿਵੇਂ ਮਰਜ਼ੀ, ਇਹਦਾ ਕੋਈ ਭਵਿੱਖ ਹੈ ਕਿ ਨਹੀਂ? ਭਵਿੱਖ ਖਰਾਬ ਕੀਤਾ ਦਾ ਬੱਚੇ ਦਾ, ਖਰਾਬ ਹੋ ਗਿਆ ਵਿਚਾਰੇ ਦਾ। ਆਪਾਂ ਦੇਖੋ ਪੜ੍ਹਦੇ ਆ ਆਪਣੇ ਬੱਚੇ ਨੂੰ, ਪੜ੍ਹਾਉਂਦੇ ਆ, ਕਹਿੰਦੇ ਆ ਵੀ ਅਫਸਰ ਬਣੇ, ਆਹ ਹਾਲਾਤਾਂ 'ਚ ਥੋੜ੍ਹੀ ਆਪਾਂ ਨਹੀਂ ਆਪਣੇ ਬੱਚੇ ਨੂੰ ਇੱਕ ਡੰਗਰ ਬਣਾਉਂਦੇ। ਆਪਾਂ ਕਹਿੰਦੇ ਵੀ ਚਲੋ ਅਸੀਂ ਛੱਟਾਂਗੇ ਗੋਹਾ ਆਪਾਂ, 2 ਮਿੰਟ ਲੱਗਣੇ ਆ, ਕੋਈ ਨਾ ਆਖੀ ਥੋੜ੍ਹੀ ਜਾ, ਚਾਹ 2 ਮਿੰਟ ਲੱਗਣੇ, ਚਾਹ ਨਹੀਂ ਹਾਲੇ ਜੀ, ਥੋੜ੍ਹੀ ਪੀਓ ਨਾ ਪੀਓ ਜਾਦੀ ਜਾ ਤੇ ਤਾਂ ਵੀ ਕੰਮ ਕਰੋ, ਬੇਨਤੀ ਤਾਂ ਸੁਣੋ, ਇੱਕੋ ਮਿੰਟ ਆ ਕੇ ਆਇਆ ਆ ਕੇ ਆਇਆ, ਇਹ ਤਾਂ ਨਾਲ ਮੰਜੀਆਂ ਤੋਂ ਆਪਣਾ ਲਿਆਵਾ, ਉਹ ਲੈ ਲੈਣੇ ਸਿਮਨ ਨਾ ਜਾ ਕਿਤੇ। ਅੱਛਾ ਖਾਲਸਾ ਜੀ ਬੈਠ ਜਾਓ, ਹਾਂਜੀ ਬੈਠਾਂਗੇ ਜੀ, ਬੈਠਾਂਗੇ ਜੀ, ਬੈਠਾਂਗੇ ਜੀ, ਬੈਠਾਂਗੇ, ਆ ਜਾਓ ਜ਼ਰੂਰ ਬੈਠਾਂਗੇ ਯਾਰ, ਕੀ ਆ ਵੀਰੇ, ਕੱਢਦੇ ਲਿਫਾਫਾ ਜਿਹਾ ਗੰਦਾ ਕੀ ਨਹੀਂ, ਕੋਈ ਗੱਲ ਨਹੀਂ ਹੋਰ ਲੈ ਲਾਂਗੇ ਆਪਾਂ। ਵਾਹਿਗੁਰੂ ਜਿਹੜੀਆਂ ਗੱਲਾਂ ਹੋਣੀਆਂ ਤਾਂ ਉਹ ਹੀ ਹੋਣ ਡੀਆਂ ਨੇ। ਬਾਪੂ ਜੀ ਦੁੱਖ ਪਤਾ ਕਿੱਥੇ, ਸੱਚਾਈ ਜਾਣਿਆ ਤੁਸੀਂ, ਜਦੋਂ ਕੋਈ ਆਪਣਾ ਹੀ ਪਰਿਵਾਰ ਖੜਾ ਗਿਆ ਕੀ ਬੋਲੀ, ਅਸੀਂ ਸਾਡੇ ਕੋਲ ਤਾਂ ਗੱਲੇ ਨਹੀਂ ਗਈ, ਵਾਹਿਗੁਰੂ ਜੀ ਜਿਹੜੀਆਂ ਤੁਸੀਂ ਗੱਲਾਂ ਕਰਦੇ ਨੇ ਇਸ ਤੋਂ ਉੱਤੇ ਤਾਂ ਹੋਰ ਹੋਈ, ਫਿਰ ਹੁਣ ਸਾਨੂੰ ਤਾਂ ਸਮਝ ਤੋਂ ਬਾਹਰ ਆ ਜੀ, ਅਸੀਂ ਜੇ ਅਸੀਂ ਕਿਤੇ ਗਲਤ ਆ ਸਾਡੀ ਐਂ ਕਰਕੇ ਬਾਂਹ ਫੜ ਲਿਓ, ਤੁਸੀਂ ਸਭ ਤੋਂ ਵੱਡੇ ਉਮਰ 'ਚ, ਅਸੀਂ ਤੁਹਾਨੂੰ ਅੱਜ ਵੀ ਕਹਿੰਦੇ ਜੀ ਜੇ ਕਿਤੇ ਗਲਤ ਹੋਵਾਂਗੇ ਤੁਹਾਨੂੰ ਬਾਂਹ ਫੜ ਲਿਓ ਆ ਕੇ ਜੀ। ਹੁਣ ਅੱਗੇ ਜਿਹੜੀ ਬੀਬੀ ਆ ਉਹ ਬੀਬੀ ਨਾਲ ਇੰਨਾ ਕੁਛ ਗਲਤ ਹੁੰਦਾ ਮੈਂ ਬੋਲ ਕੇ ਨਹੀਂ ਦੱਸ ਸਕਦਾ ਤੁਹਾਨੂੰ, ਤੁਸੀਂ ਤਾਂ ਮੈਡੀਕਲ ਕਰਾਉਣੇ ਆ ਜੇ ਨਾ ਸਾਰਾ ਪਰਿਵਾਰ ਅੰਦਰ ਜਾਵੇ ਜੀ। ਇੱਕ ਮੈਂ ਤੁਹਾਨੂੰ ਬਾਪੂ ਜੀ ਇੱਕ ਨਜ਼ਰ ਨੌਲੇਜ ਲਈ ਗੱਲ ਦੱਸਦਾ, ਤੁਸੀਂ ਸੱਚ ਦੱਸਿਓ ਤੁਹਾਡੇ ਪਿੰਡ ਉਰੇ ਬੰਦਾ ਨੋਰਮਲ ਸਹੀ ਆ ਜਾਵੇ ਮੇਰੇ ਵਰਗਾ, ਤੁਸੀਂ ਰਾਤ ਕਟਾ ਦੋਗੇ ਆਪਦੇ ਘਰ ਬਿਨਾਂ ਜਾਣ ਪਛਾਣ ਤੋਂ ਰਾਤ ਨਹੀਂ ਕਟਾਉਂਦੇ? ਕਿਉਂ ਵੀ ਕੋਈ ਕਿਤੇ ਕ੍ਰਾਈਮ ਨਾ ਕਰ ਲਿਆ ਹੋਵੇ, ਹੋ ਸਕਦਾ ਇਹ ਨਹੀਂ ਕੋਈ ਕ੍ਰਾਈਮ ਕਰ ਲਿਆ ਹੋਵੇ, ਕਿਵੇਂ ਕਟਾਤੀ ਸਿਰਫ ਆਪਣੇ ਲਾਲਚ ਲਈ ਗੋਹਾ ਗੂੜਾ ਚੁਕਾਉਣਾ ਆਪਾਂ? ਦੂਜੀ ਗੱਲ ਹੋ ਸਕਦਾ ਇਹਦਾ ਪਰਿਵਾਰ ਹੀ ਇੰਨਾ ਤਾਹੂ ਹੋਵੇ, ਇੱਕ ਵਾਰੀ ਐਸਾ ਕੰਮ ਹੋਇਆ ਸਮਾਣੇ ਤੋਂ ਅਸੀਂ ਤਾਂ ਉਰੇ ਨਿਬੇੜ ਕੇ ਵਾ ਗਏ ਵੀ ਮਹਾਰਾਜ ਦੇਖਦਾ ਉੱਪਰ, ਗਾਹਾਂ ਸਮਾਣੇ ਵਾਲੇ ਨੇ ਪਰਚਾ ਕਰਾਇਆ ਜਿਹੜਾ ਉਹ ਬੱਚਾ ਛੁਡਾਇਆ ਤੁਹਾਡੇ ਲਵੀ ਆ ਪਿੰਡ, ਉਹ ਕਿਹੜਾ ਸੀਗਾ ਪਿੰਡ ਯਾਰ, ਜਗਤ ਕਿਹੜਾ ਸੀ ਉਹ ਜਿਹੜਾ ਜਵਾਕ ਨੂੰ ਕੁੱਟਦੇ ਤੇ ਵੇੜ ਇੱਥੇ ਲਵੇ ਆ ਪਿੰਡ, ਕਿਵੇਂ ਕਰੇਗਾ? ਹਾਂਜੀ ਹਾਂਜੀ ਪਹਿਲਾਂ ਦੱਸ ਘਰੇ ਜਾਣਾ ਨਾ ਤੈਨੇ ਮਾਂ ਬਾਪਾਂ ਨੇ ਜਾਣਾ ਆਪਣੇ ਪਰਿਵਾਰ 'ਚ ਹੋਏ ਹੈਂ, ਉਮਰ ਕਿੰਨੀ ਹੈ ਤੇਰੀ ਵੀਰੇ, ਉਮਰ ਕਿੰਨੀ ਹੈ, ਉਮਰ ਕਿੰਨੀ ਹੈ, ਕਿੰਨਾ ਜਨਮ ਕਿੰਨੇ ਦਾ ਤੁਹਾਡਾ ਅੰਦਾਜ਼ਾ ਪਤਾ ਤੁਹਾਨੂੰ, ਕਿਹੜੇ ਸਾਲਾਂ ਦਾ ਜਨਮ? ਮੇਰਾ ਉਮਰ 90 ਦੀ, 90 ਆ ਡੇਟ ਆਫ ਬਰਥ, ਇਹ ਸਾਰਾ ਕੁਛ ਸੱਚ ਦਾ। ਤਰਨਜੀਤ ਚੀਮਾ ਗੋਤਾ ਵੀਰੇ ਯਾਰ ਆਪਣੇ ਹੀ ਆ ਯਾਰ, ਇਹ ਕਮਾਲ ਦੀ ਗੱਲ ਆ ਵੀਰੇ ਯਾਰ, ਹਾਂ ਬਿਲਕੁਲ ਜੀ, ਸੰਤੋਖ ਸਿੰਘ ਬਾਪ ਦਾ ਨਾਮ ਆ, ਇੱਕ ਓਂਕਾਰ ਹੱਥ 'ਤੇ ਲਿਖਿਆ ਵਾ ਜੀ ਸਰਪੰਚ ਸਾਹਿਬ, ਲੋਕ ਸਾਨੂੰ ਕਹਿੰਦੇ ਨੇ ਬੰਧੂਆ ਮਜ਼ਦੂਰੀ ਸੁਣੀ ਤੀ ਫਿਲਮਾਂ 'ਚ ਦੇਖੀ ਤੀ, ਪਰ ਹੁਣ ਪਤਾ ਲੱਗ ਰਿਹਾ ਬੰਧੂਆ ਮਜ਼ਦੂਰੀ ਕੀ ਆ ਤੁਹਾਡੇ ਏਰੀਏ 'ਚ, ਮੈਂ ਕਹਿੰਦਾ ਸੌਵਾਂ ਤੋਂ ਛੱਡ ਦਿਓ ਹਜ਼ਾਰਾਂ 'ਚ ਆ ਜੀ ਕੰਮ, ਸਾਡੇ ਕੋਲ ਇਤਲਾਹ ਹੋਊਗੀ 5-7 ਹਜ਼ਾਰ ਬੰਦੇ ਦੀ ਸੱਚਾਈ ਹੈ ਜੀ ਸੱਚਾਈ, ਮੈਂ ਕਹਿੰਦਾ ਇਸ ਤਾਂ ਹੁਣ ਅਸੀਂ ਤਾਂ ਸੋਚਦੇ ਹਾਂ ਅੱਗੇ ਜਾ ਕੇ ਵੀ ਲੈ ਕੇ ਪੁਲਿਸ ਨੂੰ ਉੱਥੇ ਪਿੰਡ ਸਰਪੰਚ ਪੰਚ ਨੂੰ ਲੈ ਕੇ ਉੱਥੇ ਅਨਾਊਂਸਮੈਂਟ ਕਰਾ ਦਿਆ ਕਰੀ ਵੀ ਜਿਹਨਾਂ ਨੇ ਦੇਣੇ ਦੇ ਦਿਓ ਭਾਈ, ਬਾਕੀ ਤਾਂ ਪਰਚੇ ਕੱਟ ਦਿਓ, ਇਹ ਤਾਂ ਐਡਾ ਬੜਾ ਸਾਡੇ ਕੋਲ ਘਰ ਬਣ ਜਾਵੇ ਜੀ। ਅੱਛਾ ਵੀਰੇ ਹੀਰੇ ਉਹ ਮਾਤਾ ਹੁਣੀ ਚਲੋ ਬੈਠੇ ਰਹਿਣਾ ਤੁਸੀਂ, ਬੈਠੇ ਰਹਿਣਾ ਅੱਜ ਬੈਠੇ ਰਹਿਣਾ ਨਾ ਉੱਥੇ ਰਹਿ, ਉੱਥੇ ਠੀਕ ਖੜੀ ਗੱਡੀ ਅੱਜ ਠੀਕ ਖੜੀ ਵੀਰੇ, ਹਾਂਜੀ ਹਾਂਜੀ ਬੈਠੋ, ਹਾਂਜੀ ਪਾਣੀ ਪੀ ਲੈਣੇ, ਬਹਿ ਜਾਓ ਬਹਿ ਜਾਓ ਬਿੱਕਰ ਬਹਿ ਜਾਓ ਪੁੱਤਰ, ਆ ਜਾਓ ਆ ਜਾਓ। ਦੁੱਖ ਦੀ ਗੱਲ ਇਹ ਆ ਜੀ
ਆਪਣਾ ਏਰੀਆ ਤਾਂ ਸ਼ਹੀਦੀਆਂ 'ਚ ਅੱਗੇ ਆ, ਸਾਰਿਆਂ ਨੂੰ ਆਪਣੇ ਤਾਂ ਮਤਲਬ ਝੰਡੇ ਝੂਲਦੇ ਨੇ ਪੂਰੇ ਵੀ ਸਿੱਖ ਕੌਮ ਹੈਗੀ ਆ। ਮਤਲਬ ਇਹ ਪੰਜਾਬੀ ਉਹ ਬੰਦਾ ਆਪਾਂ ਕਿਉਂ ਫੜਦੇ ਹਾਂ ਜੀ? ਯੂਪੀ ਐਮ ਪੀ ਵਾਲੇ ਬਹੁਤ ਨੇ, ਉਹ ਵੀ ਉਹਨਾਂ ਦੇ ਅਸੀਂ ਤਾਂ ਜਿੰਨੇ ਛੜਾਏ ਜੀ, ਸਾਡੇ ਕੋਲ 10 ਕੁ ਜਣੇ ਬੈਠੇ ਨੇ, ਉਹਨਾਂ ਦੇ ਘਰ ਨਹੀਂ ਲੱਭੇ ਹੈਗੇ, ਬਿਜਲੀ ਲੱਭ ਗਈ, ਉਹਨਾਂ ਦੇ ਮਾਂ ਬਾਪ ਮਰ ਗਏ, ਪਰਿਵਾਰ ਤਾਂ ਲੱਭ ਗਏ ਕਿਉਂਕਿ ਉਹ ਇੰਨੇ ਨੇ ਬੁੜੇ ਹੋ ਗਏ, ਮਾਂ ਬਾਪ ਮਰ ਗਏ। ਜਿੰਨੇ ਅਸੀਂ ਲੱਭੇ, ਮੈਂ ਕਹਿੰਦਾ ਘੰਟਾ ਇੱਕ ਨਹੀਂ ਪੈਂਦਾ ਘਰ ਲੱਭ ਜਾਂਦਾ, ਇਹਦਾ ਤਾਂ ਸਾਨੂੰ ਪਹਿਲਾਂ ਪਤਾ ਐਡਰੈਸ ਕੀ ਆ। ਤੇਰੀ ਮੰਮੀ ਨੂੰ ਕੀ ਪ੍ਰੋਬਲਮ ਸੀਗੀ, ਸਰੀਰ 'ਚ ਕੀ ਪ੍ਰੋਬਲਮ ਆ ਮਾਤਾ ਦੇ? ਤੇਰੀ ਮਾਤਾ ਦੇ ਕੋਈ ਪ੍ਰੋਬਲਮ ਹੈਗੀ ਸਰੀਰ 'ਚ, ਕੋਈ ਦਵਾਈ ਚੱਲਦੀ ਹੋਵੇ ਬਾਪੂ ਦੀ, ਕੋਈ ਸੰਤੋਖ ਸਿੰਘ ਦੀ ਦਵਾਈ ਚੱਲਦੀ ਹੈ ਕੋਈ? ਹਾਂ ਹਾਂ, ਜਦੋਂ ਖੇਤੀਬਾੜੀ ਕਰਦਾ ਤੇਰਾ ਡੈਡੀ? ਤੁਹਾਡੇ ਕੋਲ ਜ਼ਮੀਨ ਕਿੰਨੀ ਆ? ਜ਼ਮੀਨ ਕਿੰਨੀ ਆ? ਹਾਂ, ਖੇਤ ਕਿੰਨੇ ਨੇ? ਹੈਂ? ਹਾਂ, ਝੋਨੇ ਦੇ ਕਿੰਨੇ ਖੇਤ ਨੇ? 10 ਕਿੱਲੇ? ਹਾਂ, ਕਿੱਥੇ 10 ਬਿਘੇ ਕਿ 10 ਕਿੱਲੇ? 10 ਬਿਘੇ ਆ ਕੇ 10 ਕਿੱਲੇ ਆ ਵੀਰੇ? 10 ਕਿੱਲੇ। ਤੇ ਕਿੱਥੇ ਕੁ ਪੈਂਦੀ ਆ ਇਹ ਜ਼ਮੀਨ ਆਪਣੀ? ਜ਼ਮੀਨ ਹੈਂ? ਹਾਂ ਹੈਗਾ ਹੈਗਾ ਹੈਗਾ। ਉੱਥੇ ਕਿੱਥੇ ਕਾ? ਨਹੀਂ, ਜਿੱਥੇ ਆਪਣਾ ਤੁਹਾਡਾ ਘਰ ਆ ਉਦੋਂ ਕਿੰਨੀ ਕੁ ਦੂਰ ਆ ਜ਼ਮੀਨ? ਖੇਤ ਕਿੰਨੀ ਕੁ ਦੂਰ ਆ? ਤੁਹਾਡਾ ਗੋਤ ਕੀ ਆ ਵੀਰੇ? ਜੱਟ ਤਾਂ ਹੈਗੇ ਹੋ, ਤੁਹਾਡਾ ਗੋਤ ਕੀ ਆ? ਗੋਤ ਗੋਤ ਹਾਂਜੀ, ਹੈਂ? ਚੀਮੇ। ਤੁਹਾਡੀ ਮੰਮੀ ਦਾ ਕੀ ਗੋਤ ਆ? ਤੁਹਾਡੇ ਨਾਨਕਿਆਂ ਦਾ? ਨਾਨਕੇ? ਤੇਰੇ ਨਾਨਕੇ ਕਿੱਥੇ ਨੇ ਵੀਰੇ? ਲੁਧਿਆਣੇ। ਲੁਧਿਆਣੇ? ਤੇ ਤੁਹਾਡਾ ਪਿੰਡ ਕਿਹੜਾ ਭਲਾ? ਪਿੰਡ ਕਿਹੜਾ ਪਿੰਡ ਜੀ? ਲੁਧਿਆਣੇ। ਲੁਧਿਆਣੇ ਪਿੰਡ ਆ, ਠੀਕ ਆ। ਤੁਹਾਡੀ ਮੰਮੀ ਦਾ ਗੋਤ ਕੀ ਆ? ਚੀਮਾ ਤਾਂ ਤੁਹਾਡੇ ਡੈਡੀ ਦਾ ਗੋਤ ਆ, ਤੁਹਾਡੀ ਮੰਮੀ ਦਾ ਗੋਤ ਕੀ ਆ? ਮੰਮੀ ਦਾ ਸੋਚ ਕੇ ਦੱਸ। ਇਹ ਆਪਣਾ ਘਰ ਆਪਣੇ ਹੀ ਹੈ। ਹਾਂ, ਘਰ ਤਾਂ ਇਹੀ ਆ। ਮਤਲਬ ਮਾਤਾ ਦਾ ਗੋਤ ਕੀ ਆ ਤੇਰੇ ਨਾਨਕਿਆਂ ਦਾ ਵੀਰੇ? ਤੂੰ ਛੋਟਾ ਹੁੰਦਾ ਜਾਂਦਾ ਤਾਂ ਸੀਗਾ ਉੱਥੇ? ਨਾਨਕੇ ਕੀ ਗੋਤ ਆ ਵੀਰੇ? ਯਾਦ ਨਹੀਂ? ਚਲੋ ਠੀਕ ਆ। ਤੇਰੇ ਮਾਮੇ ਦਾ ਨਾਮ ਕੀ ਆ? ਅਵਤਾਰ। ਹੈਂ? ਅਵਤਾਰ ਸਿੰਘ। ਉਹ ਕੀ ਕੰਮ ਕਰਦਾ? ਮਾਲ ਡੰਗਰ, ਖੇਤੀਬਾੜੀ, ਹੈਨਾ? ਠੀਕ ਆ। ਨਾਨਕੇ ਕਿੱਥੇ ਨੇ? ਤੁਹਾਡੀ ਜਿਹੜੀ ਜ਼ਮੀਨ ਆ ਉੱਥੇ ਕੀ ਲਾਉਂਦੇ ਹੁੰਦੇ ਤੁਸੀਂ ਵੀਰੇ? ਸਰਪੰਚ ਸਾਹਿਬ ਮਾੜਾ ਪਲੀਜ਼ ਪੁੱਛੋ ਬਾਈ, ਲੈ ਕੇ ਕਿੱਥੋਂ ਆਈ ਜਿਹਨੂੰ? ਵੀਰੇ ਤਾਂ ਰੇਲਵੇ ਸਟੇਸ਼ਨਾਂ 'ਤੇ ਖੜ੍ਹਨਾ ਪਊਗਾ ਵੀਰੇ, ਚਾਰ ਚਾਰ ਪੁਲਿਸ ਵਾਲੇ ਲੈ ਕੇ ਜੀ। ਇਹ ਤਾਂ ਉੱਥੇ ਵਿਚਾਰੇ ਭੁੱਲੇ ਭੱਟ ਕੇ ਆ ਜਾਂਦੇ ਨੇ ਜੀ। ਆਪਣੇ ਜਵਾਕ ਨੂੰ ਫੜ ਲਵੇ ਤੁਸੀਂ, ਦੇਖਿਓ ਸਰਪੰਚ ਸਰਪੰਚ ਕੋਲੇ ਪੁਲਿਸ ਕੋਲੇ ਤਲਾਹ ਦੋ, ਮੈਂ ਉਹੀ ਗੱਲ ਕਰਦਾ ਹਾਂ। ਕਿਉਂ ਸਰਪੰਚ ਸਾਹਿਬ,
ਵਿਆਹ ਬੰਦਾ ਜੀ ਇੱਕ ਮੁੰਡਾ ਆਵਾਰਾ ਹੈ ਇਹਦਾ ਘਰ ਲੱਭੋ। ਤੁਸੀਂ ਐਪਲੀਕੇਸ਼ਨ ਥਾਣੇ ਲਿਖ ਕੇ ਦਿੱਤੀ ਹੁੰਦੀ ਨਾ, ਪੁਲਿਸ ਰਿਸਪੋਂਸੀਬਿਲਟੀ ਲੈਂਦੀ ਆਪ ਲੱਭ ਕੇ ਦਿੰਦੀ ਤੁਹਾਨੂੰ ਜੀ, ਆਪ ਰਹਿਣ ਦਾ ਪ੍ਰਬੰਧ ਆਪ ਕਰਦੇ, ਆਪ ਕਰਦੇ ਹੋ। ਤੁਸੀਂ ਗੱਲ ਦੇਖੋ, ਇੰਨੇ ਕੈੜੇ ਹੱਥ ਨਾ ਆਪਣੇ ਸਾਰਿਆਂ ਦੇ ਨਹੀਂ ਹੋਣੇ, ਨਾਲੇ ਬਾਈ ਹੁਣੀ ਵੀ ਕੰਮ ਕਰਦੇ ਨੇ ਖੇਤੀ, ਮੈਂ ਤਾਂ ਚਲੋ ਖੇਤੀ ਕਰਦਾ ਨਹੀਂ, ਇੰਨੇ ਹੱਥ ਕਿਹੜੇ ਆਪਣੇ ਕਿਸੇ ਦੇ ਵੀ ਨਹੀਂ ਹੋਣੇ, ਸਰਪੰਚ ਸਾਹਿਬ ਦੇ ਵੀ ਨਹੀਂ ਹੋਣੇ ਜਿੰਨੇ ਇਹਦੇ ਨੇ। ਮਤਲਬ ਇਹ ਬੰਦਾ 3 ਘਰਾਂ ਦਾ ਟੋਕਰਾ ਚੱਕਦਾ ਜੀ, ਹਿਸਾਬ ਲਾ ਲਓ। ਹੀਰੇ ਕਿੰਨੇ ਟੋਕਰੇ ਚੱਕਦਾ ਦਿਨ 'ਚ ਗਿਣਦਾ ਹੁਣ? ਆਹੀ ਪੈਂਦਾ ਵੀਰੇ ਕਿਹੜਾ ਮੈਨੂੰ। ਹਾਂ ਲੋਪੋ ਜੀ, ਲੋਪੋ ਦਿਹਾੜੀ ਚੱਲਦੀ ਹੈ ਕੀ, ਮੰਥਲੀ ਚੱਲਦੀ ਹੈ ਜਾਂ ਕੀ, ਤੁਹਾਡੇ ਉਹਦੇ ਸਿਰੀ ਦੀ ਚੱਲਦੀ ਹੈ 6 ਮਹੀਨੇ ਦੀ, ਉਹਨੂੰ ਲਿਖ ਕੇ ਦਿਓ ਸਾਨੂੰ ਵੀ ਜਦੋਂ ਇਹਦੇ ਮਾਂ ਪਿਓ ਮਿਲਣਗੇ, ਇਹਦੀ ਬਣਦੀ ਮਿਹਨਤ ਇਹ ਪਰਿਵਾਰ ਦਾ। ਬਾਬੇ ਸਾਰਾ ਦਿਨ ਵਿਹਲਾ ਰਿਹਾ, ਸਵੇਰੇ ਆਇਆ ਨੇ 2 ਮਿੰਟ ਠੀਕ, ਜਿਹੜੇ ਤੁਹਾਨੂੰ ਦੱਸਿਆ ਗੋਇਲ, ਬਾਕੀ ਸਾਰੀ ਤਾਂ ਕੋਈ ਨਹੀਂ ਛੱਡ ਦੇਣਾ ਸੀ ਜੇ ਨਹੀਂ ਦੇਣਾ। ਸਾਰਾ ਦਿਨ ਵਿਹਲਾ ਰਿਹਾ, ਕੱਲ ਨੂੰ ਕੋਈ ਬੋਲ ਨਹੀਂ, ਜਿਹੜਾ ਡੰਗਰ ਖੋਲੋ ਦਾ ਪਤਾ ਨਾ ਇਹਨੂੰ, ਇਹ ਪੱਠੇ ਵੱਢਣ ਦਾ ਪਤਾ ਇਹ ਵੀ ਪੱਠੇ ਵੱਢ ਕੇ ਲਿਆਉਂਦਾ ਹੈ। ਮੈਂ ਉਹੀ ਗੱਲ ਕਹਿ ਰਹਾ ਨਾ ਵੀ ਜੋ ਆਪਾਂ ਕਿਹਨੇ 50 ਡੰਗਰਾਂ ਚ 2 ਘੰਟੇ ਚ ਮੈਨੂੰ, ਤੁਸੀਂ ਮੇਰੀ ਬੇਨਤੀ ਸੁਣੋ, ਇਹ ਪਤਾ ਕੀ ਹੈ, ਬੀਬੀਆਂ ਆਪ ਚਕਾਉਂਦੀਆਂ ਨੇ, ਸੁਣੋ ਮੇਰੀ ਗੱਲ, ਇਹ ਕਿਉਂ ਕਹਿ ਰਹੇ ਨੇ, ਖਰੋੜ ਸਾਹਿਬ ਨੇ ਕਿਉਂ ਕਿਹਾ, ਇਹ ਤਾਂ ਇਹ ਆ ਵੀ ਚਲੋ ਆਪਣਾ ਭਾਈਚਾਰਾ ਬੈਠਾ ਹੈ, ਜੋ ਤੁਸੀਂ ਨੇ ਨਿਬੇੜ ਹੋ ਗਿਆ ਸਿਰਫ ਪੰਚਾਇਤ ਨਿਬੇੜੂਗੀ, ਆਪਾਂ ਉਸ ਚੀਜ਼ ਨੂੰ ਮੰਨ ਕੇ ਤਾਂ ਕਿ ਇਹਦੇ ਪਰਿਵਾਰ ਜਦੋਂ ਮਿਲੂਗਾ ਨਾ ਜੀ, ਉਹਨੂੰ ਵੀ ਕਹੀਏ ਜੀ, ਨਹੀਂ ਤੁਸੀਂ ਹੁਣ ਨਾ ਨਿਬੜੇ ਲੈ ਕੇ ਤਾਂ ਇਹ ਜਾਣਾ ਹੀ ਜਾਣਾ ਮੁੰਡਾ ਚੜ੍ਹ ਜੇ, ਤੁਸੀਂ ਦੱਸੋ ਕਿੰਨਾ ਟਾਈਮ ਹੋ ਗਿਆ ਜੀ, ਦੋ ਚਾਰ ਦਿਨ ਤੱਕ ਪਿੱਛੇ ਵਾਰ ਹੋ ਜਾਂਦਾ ਤੁਸੀਂ ਜਾਂ ਲਿਖ ਕੇ ਦੋ ਵੀ ਇਹਨਾਂ ਕੋਲੋਂ ਬੰਦਾ ਲੈ ਕੇ ਜਾ ਰਿਹਾ ਰੱਖਿਆ ਹੋਇਆ ਸੀ ਨਾਮ ਇਹਦਾ, ਮੋਹਰ ਲੱਗ ਜਾਓ ਸਾਈਨ ਕਰਾਓ ਜੀ। ਆਪਾਂ ਨੇ ਤਾਂ 2 ਮਹੀਨੇ ਤੁਹਾਡੇ ਪ੍ਰੂਫ ਨੀ ਕਰਾਉਣੇ, ਨਾ ਹੀ ਸਾਨੂੰ ਲੋੜ ਆ, ਸਾਨੂੰ ਤਾਂ ਆਏ ਵੀ ਅੱਜ ਤੁਹਾਡੇ ਕੋਲ ਬੰਦੇ ਆਏ ਅਸੀਂ, ਉਹ ਬੰਦਾ ਮਿਲਿਆ ਇਹਨਾਂ ਨੇ ਰੱਖਿਆ ਹੋਇਆ ਸੀ, ਆਹ ਬੰਦਾ ਸਾਡੇ ਹਵਾਲੇ ਬਾਬਾ, ਜਿਹਨੇ ਤੁਹਾਨੂੰ ਵੀਡੀਓ ਪਾਈ ਉਹ ਆਖਦੇ ਨੇ ਪੁੱਤ ਲੈ ਕੇ ਚੜ੍ਹ ਜਾ, ਤੁਸੀਂ ਰਜਾਨਾ ਪਾਓਗੇ ਹਿੰਦੀ ਦਾ? ਇਹਦਾ ਉੱਤਰ ਮੈਂ ਦਿੰਦਾ ਵੀਰੇ, ਹੁਣ ਤੁਸੀਂ ਗੁਰੂ ਘਰ ਦੀ ਗੱਲ ਕਰੀਏ ਨਾ, ਤੁਸੀਂ ਹੁਣ ਇਸ ਜਵਾਨ ਤੇ ਖੜਨਾ, ਤੁਸੀਂ ਇੱਥੋਂ ਭੱਜਿਆ ਨਾ ਜਵਾਨ ਤੋਂ, ਮੈਂ ਤੁਹਾਨੂੰ 2021 ਦੀਆਂ ਇਹਦੀਆਂ ਵੀਡੀਓ ਫੋਟੋ ਸਾਰਾ ਕੁਝ ਦਿਖਾ ਦੇਣਾ, 2021 ਦੀਆਂ, ਤੁਸੀਂ 2 ਮਹੀਨੇ ਨੂੰ ਛੱਡ ਦਿਓ, ਤੁਸੀਂ ਆਓ ਗੁਰਦੁਆਰਾ ਸਾਹਿਬ ਖੜਦੇ ਆ, ਤੁਸੀਂ ਛੱਡ ਦਿਓ ਘਰ ਨੂੰ ਛੱਡ ਦਿਓ, ਖਬਰ ਮੈਂ ਹੋਰ ਕੀ ਦਿਖਾਉਣਾ, ਕੋਈ ਸਾਂਝਾ ਬੰਦਾ ਲਿਆਓ 4 ਪਿੰਡ ਟੱਪ ਕੇ, ਕੋਈ ਬਾਈ ਮੇਰੀ ਇੱਕ ਮਿੰਟ ਸੁਣ ਲਓ ਪਹਿਲਾਂ ਗੱਲ ਵੀਰੇ, ਤੁਸੀਂ ਗੁਰੂ ਘਰ ਦੀ ਗੱਲ ਕੀਤੀ, ਤੁਹਾਨੂੰ 2 ਮਹੀਨੇ ਛੱਡ ਦਿਓ, ਮੈਂ ਤੁਹਾਨੂੰ 2021 ਤੇ ਦਿਖਾ ਦੇਣਾ, ਫਿਰ ਤਾਂ 2-2.5 ਸਾਲ ਹੋ ਗਏ, ਇਸ ਬੰਦੇ ਦੀ ਗੱਲ ਕਰ, ਨਹੀਂ ਨਹੀਂ ਘਰ ਦੀ ਬੰਦੇ ਦੀ ਕੀ ਦਾ ਦੱਸਣ ਦੇ ਵੀ ਬਿਲਕੁਲ ਜਿੱਦਾਂ ਬੋਲ ਰਹੇ ਆ ਗੱਲ ਨੇ ਬਾਬਾ ਜੀ ਘਰ ਦੀ ਐ ਨਹੀਂ ਪਾ, ਬਿਲਕੁਲ ਐਸੇ ਘਰ ਨੂੰ ਦਿਖਾਵਾਂਗੇ, ਤੁਹਾਨੂੰ ਅੱਜ ਵੀ ਕਹਿੰਦੇ ਤੁਸੀਂ ਲਿਆਓ 10 ਪਿੰਟ ਟੱਪ ਕੇ ਬੰਦਾ ਸਾਂਝਾ, ਉਹਨੂੰ ਦਿਖਾਉਣਾ 2021 ਦੀ, ਨਾ ਸਾਡੀ ਝੂਠ ਹੋਈ ਗੱਲ ਸਾਨੂੰ ਕੀ ਦੇ ਬਾਬਾ ਜੀ, ਹੁਣ ਕੀ ਦੇ ਕੋਈ ਰਿਆ ਤੁਹਾਨੂੰ, ਹੁਣ ਤੁਸੀਂ ਤੁਸੀਂ ਗੁਰਦੁਆਰਾ ਸਾਹਿਬ ਖੜ ਕੇ ਕਹਿ ਦਿਓ ਜੀ, ਬਾਬਾ ਜੀ ਨਗਰ ਦੀ ਆਸ, ਤੁਸੀਂ ਇਸ ਤਾਂ ਅਸੀਂ ਕਹਾਂਗੇ 1 ਦਿਨ ਹੀ ਹੋਇਆ ਜੀ, ਜੇ ਕਹਿੰਦੇ ਗੁਰਦੁਆਰਾ ਸਾਹਿਬ ਖੜ ਕੇ ਘਰ ਦੀ ਦੇਵਾਂਗੇ ਤੁਹਾਨੂੰ ਵੀਰੇ, ਤੁਸੀਂ ਆਪਾਂ ਗੁਰੂ ਆਪਾਂ ਸਾਰੇ ਗੁਰੂ ਨੂੰ ਮੰਨਦੇ ਹੈਗੇ ਨਾ, ਗੁਰੂ ਗ੍ਰੰਥ ਸਾਹਿਬ ਨੂੰ ਮਰਦੇ ਮੰਨਦੇ ਨੇ ਆਪਾਂ, ਸਾਰੇ ਆਪਾਂ ਉਹਨੂੰ ਮੰਨਦੇ ਹਾਂ, ਮੈਂ ਕਹਿੰਦਾ ਉਹਦੀ ਹਜ਼ੂਰੀ 'ਚ ਖੜ ਕੇ ਕਹਿ ਦਿਓ ਤੁਸੀਂ ਆ ਜਾਓ ਵੀਰੇ,
ਅਸੀਂ ਵੀ ਵਗ ਜਾਂਗੇ ਇਸ ਤਰ੍ਹਾਂ ਕਿ ਇੱਕ ਦਿਨੇ ਹੋਇਆ ਤੁਸੀਂ ਇੱਕ ਦਿਨ ਕਿਹਾ ਤੁਸੀਂ ਇੱਕ ਦਿਨ ਅਸੀਂ ਹੱਦ ਕਰ ਤੁਸੀਂ ਬਿਲਕੁਲ ਇੱਥੇ ਰੋਂਗ ਹੋ ਗਏ ਮੈਂ ਤੁਹਾਨੂੰ ਦੱਸਦਾ 2 ਸਾਲ ਤਾਂ ਸਾਨੂੰ ਇਹਨੂੰ ਇਤਲਾਹ ਆਈ ਨਹੀਂ ਹੋ ਗਏ 2 ਸਾਲ ਤਾਂ ਸਾਨੂੰ ਹੋ ਗਏ ਅਸੀਂ ਪਿਛਲੇ ਮਹੀਨੇ ਪਿਛਲੇ ਸਾਲ 22 ਦੇ ਵਿੱਚ 11ਵੇਂ ਮਹੀਨੇ ਪੂਰੇ ਹੋਣਾ ਸੀ ਜਦ ਵੀ ਹੋਈ ਸੀ ਨਹੀਂ ਸਾਡੇ ਨਹੀਂ ਲੱਗਿਆ ਵੀ ਅਸੀਂ ਵੀ ਸਰਚ ਕਰਨਾ ਹੁੰਦਾ ਅਸੀਂ ਹੋਰ ਵੀ ਬੰਦੇ ਜਿਹੜੇ ਸਾਡੇ ਕੋਲੇ ਬਹੁਤ ਜਿਹੜੇ ਬੰਦੇ ਪਾਈ ਆ ਉਹ ਤਾਂ ਦੱਸ ਉਦੋਂ ਵੀ ਦੱਸ ਦੇ ਸਕਦਾ ਜਿੱਦਾਂ ਨਹੀਂ ਡਰੈਸ ਪਹਿਲਾਂ ਨਹੀਂ ਆ ਚੁਕਵਾਇਆ ਜਾ ਰਿਹਾ ਅਸੀਂ ਤਾਂ ਵੱਖ ਵੱਖ ਜ਼ਿਲ੍ਹਿਆਂ 'ਚ 10-10 ਬੰਦੇ ਛਡਾਵਾਂਗੇ ਲੋਕਾਂ ਨੂੰ ਜਗਾਉਣਾ ਚਾਹੁੰਦੇ ਹਾਂ ਇਹ ਜ਼ਰੂਰ ਖਤਮ ਹੋ ਜਾਊ ਇੱਕ ਦਿਨ ਮੈਂ ਪਰ ਵੀਰੇ ਤੁਹਾਨੂੰ ਸੱਚਾਈ ਆ ਤੁਹਾਨੂੰ ਵੀ ਇੱਕ ਦਿਨ ਅਹਿਸਾਸ ਹੋਊਗਾ ਵੀਰੇ ਦੇਖਿਓ ਵੀ ਤੁਸੀਂ ਗਲਤ ਹੋਏ ਸੱਚਾਈ ਆ ਜਦੋਂ ਆਪਣੇ 'ਤੇ ਬਿਪਤਾ ਪੈ ਜਾਂਦੀ ਨਾ ਫਿਰ ਬੰਦੇ ਨੂੰ ਹੁੰਦਾ ਯਾਰ ਵੀ ਆਹ ਚੀਜ਼ ਨਹੀਂ ਕਰਨੀ ਚਾਹੀਦੀ ਸੀ ਮੈਨੂੰ ਕੁਛ ਨਹੀਂ ਕਿੰਨਾ ਕੁ ਪੈਸਾ ਬਚਾ ਲਿਆ ਆਪਾਂ ਇਹਦੇ ਨਾਲ ਕਿੰਨਾ ਕੁ ਬਚਾ ਲਿਓ 2 ਮਹੀਨੇ ਦਾ ਵੀਰੇ ਹਾਸਾ ਆਉਂਦਾ ਮੇਰੇ ਭਾਈ ਇਸੇ ਗੱਲ 'ਤੇ ਮੇਰਾ 2 ਮਹੀਨੇ ਦਾ ਮੈਨੂੰ ਹਾਸਾ ਆਉਂਦਾ ਯਾਰ ਨਹੀਂ ਮੈਨੂੰ ਹਾਸਾ ਆਉਂਦਾ ਵੀਰੇ ਸੱਚਾਈ ਆ ਮੈਂ ਕਹਿੰਦਾ 2 ਕੁ ਸਾਲ ਤਾਂ ਮੈਂ ਸਰਪੰਚ ਸਾਹਿਬ ਨੂੰ ਹੁਣੇ ਮਨਾਤੇ 2 ਕੁ ਸਾਲ ਤਾਂ ਤੁਸੀਂ ਪੁੱਛ ਲਿਓ 2 ਕੁ ਸਾਲ ਤੋਂ ਉਦੋਂ ਅੱਗੇ ਫਿਰ ਜਿੰਨੇ ਕਹੋਗੇ ਉਨੇ ਮਨਾ ਦਾਂਗੇ ਪ੍ਰੂਫ ਵਿਦ ਪ੍ਰੂਫ ਵੀਰੇ 2 ਮਹੀਨੇ ਨਾ ਹੈ ਨਾ ਉਹ ਪਤਾ ਕੀ ਚੱਲਦਾ ਹੁੰਦਾ ਮਾਇੰਡ 'ਚ ਵੀ ਹੁਣ 2 ਮਹੀਨੇ ਕਹਿ ਦੀ 2.5 ਜੇ ਮਿਹਨਤ ਦੇਣੀ ਪਈ ਕਹਾਂਗੇ ਲਓ ਜੀ 5-5, 10-10 ਹਜ਼ਾਰ ਲਓ ਜੀ 20,000 ਰੁਪਏ ਦੇ ਦੇਣੇ ਮਿਹਨਤ ਦੀ ਉਹ ਤਾਂ ਚੱਲਦਾ ਹੁੰਦਾ ਵੀਰੇ ਸਾਨੂੰ ਵੀ ਪਤਾ ਪਰਿਵਾਰ ਨੂੰ ਵੀ ਪਤਾ ਹੁੰਦਾ ਉਹ ਤਾਂ ਅੱਗੇ ਫਿਰ ਪਰਿਵਾਰ ਨੇ ਦੇਖਣਾ ਹੈ ਨਾ ਵੀਰੇ ਜੋ ਮੈਂ ਹੋਊ ਨਾ ਤੁਸੀਂ ਨਿਬੇੜ ਲਿਓ ਵੀਰੇ ਧੰਨਵਾਦ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਜ ਦਿੱਲੀ ਪੁੱਤਰ ਠੀਕ ਹੈ ਜੀ ਆ ਜਾਂਦੇ ਹਾਲੇ ਵੀਰੇ ਠੀਕ ਆ ਚੱਲ ਤੈਨੂੰ ਘਰੇ ਬਚਾਈਏ ਤੇਰੇ ਹੁਣ ਦੇਖ ਲਾ ਕਿੰਨਾ ਗਲਤ ਕੀਤਾ ਉਹਨਾਂ ਨੇ ਹੈ ਨਾ ਉਹ ਹੀਰੇ ਮੰਨੇ ਨਹੀਂ ਦੇਖ ਲਾ ਬਾਈ ਕਹਿੰਦੇ ਸਾਡੇ ਤਾਂ 2 ਮਹੀਨੇ ਤੂੰ ਆ ਕਹਿੰਦੇ ਸਾਡੇ ਕੋਲ ਤਾਂ ਇਹ ਹੈਂ 2 ਮਹੀਨੇ ਹੋਏ ਤਾਂ ਤੈਨੂੰ ਕਿਤੇ ਹੈਂ ਬਾਕੀ ਸੰਗਤ ਜੀ ਸਾਡਾ ਮਕਸਦ ਇਸ ਵੀਰ ਨੂੰ ਘਰੇ ਪਹੁੰਚਾਉਣਾ ਹੀ ਆ ਬਾਕੀ ਅਸੀਂ ਤਾਂ ਹੀ ਨਹੀਂ ਅੱਜ ਬਾਕੀ ਬਹੁਤੀਆਂ ਗੱਲਾਂ ਕੀਤੀਆਂ ਹੈਗੀਆਂ ਜੀ ਵੀਰੇ ਬੈਠ ਵੀਰੇ ਬਾਕੀ ਗੱਲਾਂ ਫਿਰ ਆਪਾਂ ਅੱਗੇ ਖੜ ਕੇ ਕਰਦੇ ਚੜ ਜਾ ਵੀਰੇ ਵਿੱਚ ਚੜ ਜਾ ਚੱਪਲਾਂ ਕੱਢਦੇ ਹੀਰੇ ਚੱਪਲਾਂ ਕੱਢਦੇ ਚੱਪਲਾਂ ਕੱਢਦੇ ਚੜ ਜਾ ਵੀਰੇ ਚੜ ਜਾ ਸੇਵਾਦਾਰ ਚੜ ਜਾਓ ਨਿਹਾਲੇ ਚੜ ਜਾਓ ਵੀਰੇ ਹਾਂਜੀ ਬਾਕੀ ਸੰਗਤ ਜੀ ਤੁਸੀਂ ਦੇਖਿਆ ਸਾਰੀ ਦੇਖਿਆ ਅਸੀਂ ਤਾਂ ਨਹੀਂ ਬੋਲੇ ਹੈਗੇ ਇਹਨੂੰ ਬਸ ਘਰੇ ਪਹੁੰਚਾ ਦਈਏ ਜੀ ਆਪਾਂ ਪਹਿਲਾਂ ਬਾਕੀ ਬਾਅਦ ਦੀਆਂ ਗੱਲਾਂ ਨੇ ਜੀ 8 ਸਾਲ 10 ਸਾਲ ਹੋ ਗਏ ਇਹਨੂੰ ਉਹ ਵੀਰੋਂ ਨਹੀਂ ਮੰਨ ਕੇ ਨਹੀਂ ਦਿੱਤਾ ਹੈਗਾ 2 ਮਹੀਨੇ ਦੀ ਖੜੀ ਹੈ ਗਰਾਰੀ 2-3 ਸਾਲ ਦਾ ਸਾਡੇ ਕੋਲ ਪ੍ਰੂਫ ਨੇ ਇਸ ਟਾਈਮ ਦੇ ਇੱਕ ਨਾ ਯਾਰ ਬਰਸ਼ਾ ਜਿਹਾ ਪੂਰੀ ਕਰਿਓ ਬਸ ਲਓ ਚੜ੍ਹ ਜਾਓ ਜੀ ਸੇਵਾਦਾਰ ਚੜ੍ਹ ਜਾਓ ਚੜ੍ਹ ਜਾਓ ਅੱਛਾ ਚੜ੍ਹ ਜਾਓ ਕੋਈ ਨਾ ਚੜ੍ਹ ਜਾਓ ਉਹ ਲੈ ਲਿਓ ਲਿਖਿਆ ਵਾ ਕਿੱਥੇ ਜੋ ਅੱਛਾ ਠੀਕ ਹੈ ਚਲੋ ਐਂ ਕਰਦੇ ਹਾਂ ਆਪਾਂ ਪਿੱਛੇ ਚੜ੍ਹ ਜਾਂਦੇ ਨੇ ਵੀਰੇ ਆਪਾਂ ਪਿੱਛੇ ਚੜ੍ਹ ਜਾਂਦੇ ਆਪਾਂ ਤੁਸੀਂ ਵੜ ਜਾਓ ਵਿੱਚ ਵੜਨਾ ਵੜ ਜਾਓ ਵਿੱਚ ਬਹਿ ਜਾਓ ਵਿੱਚ ਮਾਤਾ ਕੋਲ ਬਹਿ ਜਾਓ ਜੀ ਪਿੱਛੇ ਚੜ੍ਹ ਦਾਂਗੇ ਤੁਸੀਂ ਬਹਿ ਜਾਓ ਵਿੱਚ ਬਹਿ ਕੇ ਜਾਓ ਅੱਛਾ ਬੈਠੋ ਚ
ਚੜ੍ਹ ਜਾਈਏ ਹੌਲੀ ਚੱਲਿਓ ਬੋਲੇ ਸੋਰਿਆਲ। ਹਾਂਜੀ ਸੰਗਤ ਜੀ ਤੁਸੀਂ ਦੇਖਿਆ ਹੁਣ ਅਸੀਂ ਤੁਰੇ ਹਾਂ ਉੱਥੋਂ ਔਰ ਇਸ ਨਗਰ ਦੇ ਵਿੱਚ 100 ਦੇ ਕਰੀਬ ਹੋਰ ਵੀ ਇੱਦਾਂ ਦੇ ਰੱਬ ਰੂਪੀ ਰੂਹਾਂ ਫਸੀਆਂ ਵੀ ਨੇ 100 ਦੇ ਕਰੀਬ ਜੀ ਜਿਹੜੇ ਇਸ ਟਾਈਮ ਵੀਰ ਵਿੱਚ ਬੈਠੇ ਸੀਗੇ ਉਹਨਾਂ ਦੇ ਕੋਲ ਵੀ ਇੱਕ ਦੋ ਵੀਰ ਵਿੱਚ ਹੈਗੇ ਨੇ ਜਿਹੜੇ ਇਸ਼ਾਰੇ ਕਰ ਭਜਾਉਂਦੇ ਨੇ ਉਹਨਾਂ ਨੂੰ ਵੀ ਸਾਡਾ ਬੰਦਾ ਨਾ ਕਿਤੇ ਲੈ ਜਾਣ। ਉਹ ਕਹਿੰਦੇ ਨੇ ਵੀ 2 ਮਹੀਨੇ ਤੋਂ ਰੱਖਿਆ ਪਰ 8-10 ਸਾਲ ਇਹਦੇ 'ਤੇ ਤਸ਼ੱਦਦ ਹੋਈ 8-10 ਸਾਲ ਮੰਨਣਗੇ ਕਦ ਜਦੋਂ ਕੋਈ ਪੁਲਿਸ ਕਾਰਵਾਈ ਕਰੂਗੀ ਜਦੋਂ ਕੋਈ ਅਸੀਂ ਤੁਹਾਡੇ ਤੋਂ ਮਦਦ ਮੰਗਦੇ ਹਾਂ ਤੁਸੀਂ ਇੱਕ ਐਸੀ ਟੀਮ ਬਣਾਓ ਮੁੰਡਿਆਂ ਦੀ ਰਲ ਕੇ ਵਕੀਲਾਂ ਦੀ ਰਲ ਕੇ ਜਿਹੜੇ ਤੁਸੀਂ ਆਹ ਚੀਜ਼ਾਂ ਸਾਹਮੋ ਸਾਰਾ ਕੁਛ ਸੰਗਤ ਸਪੋਰਟ ਕਰੂਗੀ ਪਿੱਛੋਂ ਲੀਗਲ ਕਾਰਵਾਈ ਕਰਨ ਲਈ ਕੋਈ ਐਸੀ ਟੀਮ ਅੱਗੇ ਆਵੇ ਜੀ ਕਿਉਂਕਿ ਅਸੀਂ ਇੰਨੀ ਦੂਰੋਂ ਆਉਂਦੇ ਹਾਂ ਅਸੀਂ ਰਾਤਾਂ ਨੂੰ ਤੁਰ ਕੇ ਸਾਰੀ ਰਾਤ ਚੱਲ ਕੇ ਉਰੇ ਤੱਕ ਪਹੁੰਚੇ ਅਤੇ ਅਸੀਂ ਲੀਗਲ ਕਾਰਵਾਈ ਕਰਾਉਣ ਲਈ ਵੀ ਤਿਆਰ ਹਾਂ ਪਰ ਜਿੰਨੇ ਕੇਸ ਨੇ ਉਰੇ ਉਹਨਾਂ 'ਤੇ ਇਕੱਠਿਆਂ 'ਤੇ ਨਹੀਂ ਕਰਾਈ ਜਾਣੀ ਕਿੰਨੇ 100 ਬੰਦੇ ਨੇ ਉਰੇ ਜੀ ਤੁਸੀਂ ਸਾਰੇ ਸਮਝਦਾਰ ਹੋ 1 ਤੇ 2 ਤੇ 10 ਤੇ 20 ਤੇ ਤਾਂ ਕਰਾ ਸਕਦੇ ਹਾਂ ਪਰ ਇੰਨਿਆਂ 'ਤੇ ਕਿਵੇਂ ਇੰਨੇ 'ਤੇ ਤਾਂ ਤੁਸੀਂ ਲੀਗਲ ਟੀਮ ਇੱਕ ਸਾਨੂੰ 2 ਲੱਭ ਕੇ ਜਿਹੜੀ ਇੱਦਾਂ ਦੇ ਵੀਰਾਂ ਦੇ ਕੇਸ ਲੜੇ ਸਾਰਾ ਖਰਚਾ ਗੁਰੂ ਸਾਹਿਬ ਕਿਰਪਾ ਕਰਨਗੇ ਔਰ ਇਹਨਾਂ ਦੇ ਪਰਿਵਾਰ ਲੱਭਣਗੇ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਿਰਪਾ ਨਾਲ। ਹੁਣ ਤੁਸੀਂ ਦੇਖਿਓ ਅਗਲਾ ਜੀਵਨ ਇਹਦਾ ਕਿਹੋ ਜਿਹਾ ਹੋਣਾ ਇਹਦਾ ਪਰਿਵਾਰ ਲੱਭ ਜਾਣਾ। ਦਿਲੋਂ ਧੰਨਵਾਦ ਸਾਰੇ ਨੌਜਵਾਨਾਂ ਦਾ ਵੀਰ ਹੋਣੀ ਕਮਲ ਦਮਨ ਨਿਹਾਲਾ ਹੋਰ ਜਿੰਨੇ ਵੀ ਵੀਰ ਤੁਸੀਂ ਸਾਡੇ ਨਾਲ ਜੁੜੇ ਦਿਲੋਂ ਧੰਨਵਾਦ ਸੱਚੇ ਪਾਤਸ਼ਾਹ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਭਾਈ। ਵੀਰੇ ਤੈਨੂੰ ਕੋਈ ਕੁੱਟਦਾ ਮਾਰਦਾ ਵੀ ਤੀ ਉੱਥੇ ਵੀਰੇ ਤੈਨੂੰ ਕਿੰਨੇ ਕੁ ਟਾਈਮ ਤੋਂ ਰੱਖਿਆ ਵਾ ਤੀ ਵੀਰੇ ਕਿਹੜੇ ਗੁਰਦੁਆਰਾ ਜਿੱਥੇ ਹੁਣ ਤੈਨੂੰ ਲੈ ਕੇ ਆਏ ਹਾਂ ਉੱਥੇ ਕਿੰਨੇ ਕੁ ਸਾਲ ਤੋਂ ਰਹਿ ਰਿਹਾ ਸੀ ਵੀਰੇ ਕਿੰਨੇ ਕੁ ਸਾਲ ਹੋ ਗਏ ਹੁਣ ਰਹਿੰਦੇ ਨੂੰ ਨਹੀਂ ਗੁਰਦੁਆਰਾ ਨਹੀਂ ਜਿਨ੍ਹਾਂ ਦੇ ਘਰੋਂ ਲੈ ਕੇ ਆਇਆ ਤੁਹਾਨੂੰ ਮੈਂ ਹੁਣ ਜਿਨ੍ਹਾਂ ਦੇ ਘਰੋਂ ਆਇਆ ਆਪਾਂ ਉੱਥੇ ਕਿੰਨੇ ਕੁ ਟਾਈਮ ਤੋਂ ਰਹਿੰਦੇ ਤੇ ਕਿੰਨੇ ਸਾਲ ਤੋਂ ਨਹੀਂ ਦੱਸ ਪਾ ਰਿਹਾ ਜੀ ਪਰ ਸਾਡੇ ਕੋਲ 2 ਕੁ ਸਾਲ ਦੀਆਂ ਫੋਟੋਆਂ ਨੇ ਉਹ ਤਾਂ 2 ਮਹੀਨੇ ਹੀ ਮੰਨਦੇ ਨੇ ਜੀ ਆਹ ਹਾਲਾਤ ਹੋ ਚੁੱਕੇ ਨੇ। ਚਲੋ ਆਪਾਂ ਪਹਿਲਾਂ ਤਾਂ ਪਰਿਵਾਰ ਲੱਭੀਏ ਸਭ ਤੋਂ ਪਹਿਲਾਂ ਮਕਸਦ ਇਹਦਾ ਪਰਿਵਾਰ ਲੱਭਣਾ ਜਦੋਂ ਪਰਿਵਾਰ ਨੂੰ ਕਰੋੜਾਂ ਅਰਬਾਂ ਦਾ ਪੁੱਤ ਮਿਲ ਜੂਗਾ ਉਹਨਾਂ ਨੇ ਮਾਇਆ ਵੀ ਕੀ ਕਰਨੀ ਆ ਮਹਾਰਾਜ ਕਿਰਪਾ ਕਰਨਗੇ। ਧੰਨਵਾਦ ਜੀ ਤੁਸੀਂ ਜੁੜੇ ਹੋ ਅਸੀਂ ਇਸ ਟਾਈਮ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੰਗਤ ਜੀ ਇਸ ਟਾਈਮ ਅਸੀਂ ਆਪਣਾ ਫਰਜ਼ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਦੇ ਵਿੱਚ ਪਹੁੰਚ ਚੁੱਕੇ ਹਾਂ। ਤੁਸੀਂ ਵੀਡੀਓ ਦੇਖ ਰਹੇ ਹੋ ਇਸ ਵੀਰ ਨੂੰ ਅਸੀਂ ਲੈ ਕੇ ਆਏ ਜੀ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚੋਂ ਔਰ ਬੜੀ ਖੁਸ਼ੀ ਦੀ ਗੱਲ ਇਹ ਆ ਇਸ ਵੀਰ ਦਾ ਪਰਿਵਾਰ ਲੱਭ ਗਿਆ ਜੀ। ਜਦੋਂ ਅਸੀਂ ਅੰਮ੍ਰਿਤਸਰ ਉਸ ਪਿੰਡ ਦੇ ਵਿੱਚੋਂ ਨਿਕਲੇ ਅਸੀਂ ਇੱਕ ਇੰਸਟਾਗ੍ਰਾਮ ਦੇ ਉੱਪਰ ਰੀਲ ਪਾਈ ਉਸ ਰੀਲ ਨੂੰ ਦੇਖਦੇ ਹੋਏ 15-20 ਮਿੰਟ ਦੇ ਵਿੱਚ ਇਸ ਵੀਰ ਦਾ ਪਰਿਵਾਰ ਲੱਭ ਗਿਆ ਜੀ। ਇਹਨਾਂ ਦੇ ਬ੍ਰਦਰ ਵੀ ਹੈਗਾ ਇਹਨਾਂ ਦੇ ਚਾਚਾ ਜੀ ਦਾ ਬੇਟਾ ਵੀ ਹੈਗਾ। ਇਹ ਅੰਮ੍ਰਿਤਧਾਰੀ ਸਿੰਘ ਸੀਗਾ ਜੀ ਜ਼ਿਮੀਂਦਾਰ ਪਰਿਵਾਰ ਆ ਅੰਮ੍ਰਿਤ ਛਕਿਆ ਵਾ ਵੀਰ ਦਾ ਇਹਦਾ ਸੀਗਾ ਕਿਸੇ ਵਕਤ ਪਰ ਕਿਸੇ ਦਰਿੰਦਿਆਂ ਨੇ ਕਿਸੇ ਪਾਪੀਆਂ ਨੇ ਇਹਦੇ ਕੇਸ ਕਤਲ ਕੀਤੇ ਨੇ। ਕਿਸੇ ਦਰਿੰਦਿਆਂ ਨੇ ਆਪਣਾ ਗੋਹਾ ਕੂੜਾ ਚੁਕਾਉਣ ਦੇ ਬਦਲੇ ਇਹਦਾ ਸਾਰਾ ਹੁਲੀਆ ਆਪਣੇ ਵਰਗਾ ਬਣਾ ਲਿਆ ਵੀ ਕਿਸੇ ਨੂੰ ਪਤਾ ਨਾ ਲੱਗੇ। ਇਸ ਵੀਰ ਦਾ ਸਾਰਾ ਪਰਿਵਾਰ ਮਿਲ ਗਿਆ ਮਾਂ ਬਾਪ ਚੜ੍ਹਾਈ ਕਰ ਚੁੱਕੇ ਨੇ। ਤੁਸੀਂ ਦੇਖਿਓ ਅੱਗੇ ਇਹਨਾਂ ਦਾ ਬ੍ਰਦਰ ਮਤਲਬ ਉਹ ਵੀ ਸਾਨੂੰ ਮਿਲਣ ਆ ਰਹੇ ਨੇ ਸਵੇਰੇ ਅੱਗੇ ਦੇਖਦੇ ਹਾਂ। ਗੁਰੂ ਸਾਹਿਬ ਕਿਰਪਾ ਕਰਦੇ ਨੇ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਮਿਹਰ ਕਰਨ ਮਹਾਰਾਜ। ਹੋਰ ਵੀ ਅਸੀਂ ਬੇਨਤੀ ਕਰਾਂਗੇ ਅੰਮ੍ਰਿਤਸਰ ਏਰੀਏ ਦੇ ਵਿੱਚ ਹੀਰੇ ਵਰਗੇ ਬਹੁਤ ਵੀਰ ਨੇ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਤੁਸੀਂ ਜ਼ਰੂਰ ਇਹਨਾਂ ਨੂੰ ਛੱਡ ਦਿਓ ਇਹਨਾਂ ਨੂੰ ਇਹਨਾਂ ਦੇ ਘਰ ਭੇਜੋ। ਇਹਨਾਂ ਦੇ ਮਾਂ ਬਾਪ ਉਡੀਕ ਰਹੇ ਨੇ ਜਿਵੇਂ ਹੀਰੇ ਦਾ ਭਰਾ ਹੀਰੇ ਦੀ ਫੈਮਿਲੀ ਉਡੀਕ ਰਹੀ ਆ ਨਾ ਉੱਦਾਂ ਕਿੰਨੇ ਹੀ ਐਸੇ ਹੀਰੇ ਨੇ ਜਿਨ੍ਹਾਂ ਦਾ ਪਰਿਵਾਰ ਬੇਚੈਨ ਆ ਵੀ ਸਾਡਾ ਬੱਚਾ ਗਿਆ ਤਾਂ ਗਿਆ ਕਿੱਥੇ। ਪਲੀਜ਼ ਤੁਸੀਂ ਇਸ ਚੀਜ਼ 'ਤੇ ਧਿਆਨ ਦਿਓ ਧੰਨਵਾਦ। ਬਾਕੀ ਉਹਨਾਂ ਵੀਰਾਂ ਨੇ 2 ਮਹੀਨੇ ਮੰਨੇ ਨੇ ਪਰ ਸਾਨੂੰ ਆਉਂਦੀ ਤਾਂ ਹਾਸੀ ਸੀਗੀ
8 ਤੋਂ 10 ਸਾਲ ਦਾ ਕਰੀਬ ਇਹਨਾਂ ਨੇ ਮਤਲਬ ਉੱਥੇ ਇਸ ਵੀਰ ਨੇ ਮਿਹਨਤ ਕੀਤੀ ਆ, ਅਸੀਂ ਉਸ ਚੀਜ਼ ਨੂੰ ਪ੍ਰੂਫ ਕਰ ਦਾਂਗੇ। 2-3 ਸਾਲ ਦਾ ਅਸੀਂ ਉਹਨਾਂ ਦੇ ਵਿਹੜੇ 'ਚ ਬੈਠੇ ਦੀਆਂ ਵੀਡੀਓ ਫੁਟੇਜ ਦੇ ਸਕਦੇ ਹਾਂ। 2-3 ਸਾਲ ਤੋਂ ਉਹਨਾਂ ਨੇ ਕਿਹਾ ਸੀ ਨਾ ਵਿਹੜੇ 'ਚ ਬੈਠੇ ਦੀਆਂ, ਉਹ ਅਸੀਂ ਦੇ ਸਕਦੇ ਹਾਂ, ਬਿਲਕੁਲ ਦੇ ਸਕਦੇ ਹਾਂ, ਪਰ ਅਸੀਂ ਉਹਨਾਂ ਨੂੰ ਨਹੀਂ ਦਿਖਾ ਸਕਦੇ, ਉਹ ਅਸੀਂ ਬਿਲਕੁਲ ਪ੍ਰੂਫ ਕਰ ਸਕਦੇ ਹਾਂ। ਉਦੋਂ ਪਹਿਲਾਂ ਦੇ ਵੀ ਅਸੀਂ ਅੱਧਾ ਪਿੰਡ ਖੜਾ ਕਰ ਦਾਂਗੇ ਜੀ, ਵੀ ਅੱਧਾ ਪਿੰਡ ਕਹੂਗਾ ਕਿ ਬਿਲਕੁਲ ਆਲਾ ਦੁਆਲਾ ਕਹੂਗਾ, ਆਲੇ ਦੁਆਲੇ ਦੇ ਵੀ ਇਸ ਵੀਰ ਨੂੰ ਜਾਣਦੇ ਨੇ ਜੀ। ਚਲੋ ਉਹ ਵੱਖਰਾ ਕੰਸੈਪਟ ਆ, ਠੀਕ ਆ, ਉਹ ਸਾਰੇ ਬੰਦੇ ਉਹ ਆਪਣੀ ਜਗ੍ਹਾ ਸਹੀ ਨਹੀਂ, ਉਹਨਾਂ ਦੇ ਕਿਸਮਤ ਦੇ ਵਿੱਚ ਇਹ ਪਾਪ ਲਿਖਿਆ ਸੀ, ਬਾਕੀ ਦੁਨੀਆ ਆਪਣੀ ਜਗ੍ਹਾ ਸਹੀ ਹੈ। ਸੱਚੇ ਪਾਤਸ਼ਾਹ ਵਾਹਿਗੁਰੂ ਦਾ ਬਹੁਤ ਸ਼ੁਕਰਾਨਾ, ਦਿਲੋਂ ਧੰਨਵਾਦ ਤੁਹਾਡਾ ਸਾਰੇ ਭੈਣ ਭਰਾਵਾਂ ਦਾ। ਅਸੀਂ ਸਾਥ ਮੰਗਦੇ ਹਾਂ ਤੁਹਾਡੇ ਤੋਂ ਇਸ ਘਰ ਲਈ, ਤੁਸੀਂ ਇੱਥੇ ਬਿਲਡਿੰਗ ਮਟੀਰੀਅਲ ਦੀ ਜ਼ਰੂਰ ਸੇਵਾ ਕਰੋ। ਅਸੀਂ ਸ਼ੈੱਡ ਪਾ ਰਹੇ ਹਾਂ ਇੱਕ ਬਹੁਤ ਵੱਡਾ, ਜਿਹਦੇ ਵਿੱਚ ਸਾਡੇ ਇੱਦਾਂ ਦੇ ਹੀਰੇ ਵਰਗੇ ਵੀਰਾਂ ਦਾ ਪ੍ਰਬੰਧ ਹੋ ਰਿਹਾ। ਪਲੀਜ਼ ਜ਼ਰੂਰ, ਮਾਇਆ ਦੇ ਰੂਪ ਦੇ ਵਿੱਚ ਬਹੁਤ ਘੱਟ ਲੋੜ ਪੈਂਦੀ ਆ, ਚੀਜ਼ਾਂ ਦੇ ਰੂਪ ਦੇ ਵਿੱਚ ਮਦਦ ਕੀਤੀ ਜਾਵੇ। ਸਾਨੂੰ ਇਸ ਟਾਈਮ 5-6 ਲੱਖ ਰੁਪਏ ਦਾ ਸ਼ੈੱਡ ਚਾਹੀਦਾ ਜੀ, ਉਸ ਤੋਂ ਬਾਅਦ ਗਰਮ ਕੱਪੜੇ ਚਾਹੀਦੇ ਨੇ ਜੀ, ਬਿਲਡਿੰਗ ਮਟੀਰੀਅਲ ਦੀ ਸਦਾ ਹੀ ਲੋੜ ਆ। ਦਵਾਈਆਂ ਦਾ ਬਿੱਲ ਹੋ ਚੁੱਕਿਆ 5-6 ਲੱਖ, 600 ਦੇ ਕਰੀਬ ਮਾਨਸਿਕ ਪਰੇਸ਼ਾਨ ਵੀਰ ਨੇ ਜਿਹਨਾਂ ਦੀ ਦਵਾਈ ਚੱਲ ਰਹੀ ਆ ਜੀ। ਬਾਕੀ ਲਿਸਟ ਅਸੀਂ ਤੁਹਾਨੂੰ ਸ਼ੇਅਰ ਕਰਦੇ ਰਹਾਂਗੇ ਸੰਗਤ ਜੀ, ਤੁਸੀਂ ਜ਼ਰੂਰ ਸਾਰੇ ਭੈਣ ਭਰਾ ਸਪੋਰਟ ਕਰਨ ਲਈ ਜ਼ਰੂਰ ਅੱਗੇ ਆਓ, ਥੋੜ੍ਹੇ 'ਚ ਥੋੜ੍ਹਾ ਬਹੁਤ 'ਚ ਬਹੁਤ। ਦਿਲੋਂ ਧੰਨਵਾਦ ਪਟਿਆਲੇ ਤੋਂ ਭਾਸੋਂ ਰੋਡ ਲਚਕਾਣੀ ਪਿੰਡ ਦੇ ਵਿੱਚ ਆਪਣਾ ਫਰਜ਼ ਸੇਵਾ ਸੁਸਾਇਟੀ ਹੈ, ਗੁਰੂ ਨਾਨਕ ਦਾ ਦਾਇਰਾ, ਤੁਸੀਂ ਆਉਂਦੇ ਜਾਂਦੇ ਜ਼ਰੂਰ ਖੜ ਕੇ ਜਾਣਾ ਜੀ। ਤਹਿ ਦਿਲੋਂ ਧੰਨਵਾਦ ਜੀ। ਠੀਕ ਆ ਹੀਰੇ ਵੀਰੇ, ਸੰਗਤ ਨੂੰ ਫਤਿਹ ਤਾਂ ਬੁਲਾ ਦੇ, ਫਤਿਹ ਬੁਲਾਉਣੀ ਆਉਂਦੀ ਹੈ ਵੀਰੇ, ਫਤਿਹ ਬੁਲਾਉਣੀ ਆਉਂਦੀ ਆ ਮੈਨੂੰ? ਹਾਂ ਹਾਂ, ਉੱਚੀ ਬੁਲਾਓ ਯਾਰ, ਉੱਚੀ ਬੁਲਾ ਦਿਓ, ਫਤਿਹ ਆਹ ਛੱਡ ਦਿਓ, ਉੱਚੀ ਬੁਲਾ ਦਿਓ, ਉੱਚੀ ਬੁਲਾਓ, ਉੱਚੀ ਫਤਿਹ, ਉੱਚੀ ਹਾਂ ਬੁਲਾਓ। ਛੱਡ ਦਿਓ, ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ। ਵੈਰੀ ਗੁੱਡ। ਕਿਸੇ ਟਾਈਮ ਅੰਮ੍ਰਿਤਧਾਰੀ ਸੀਗਾ ਜੀ ਹੀਰਾ, ਚਲੋ ਹੀਰਾ ਨਾਮ ਤੋਂ ਉਹਨਾਂ ਨੇ ਰੱਖਿਆ ਇਹਦਾ ਨਾਮ। ਧੰਨਵਾਦ ਜੀ, ਹੱਸਦੇ ਬਾਅਦ ਜਦੋਂ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ, ਔਰ ਹੋਰ ਵੀ ਸਾਡੇ ਕੋਲ ਰੱਬ ਰੂਪੀ ਰੂਹਾਂ ਨੇ, ਅਸੀਂ ਅਗਲੀ ਵੀਡੀਓ 'ਚ ਤੁਹਾਨੂੰ ਜ਼ਰੂਰ ਦਰਸ਼ਨ ਕਰਵਾਉਂਦੇ ਰਹਾਂਗੇ ਜੀ। ਧੰਨਵਾਦ ਜੀ। ਗੁਰੂ ਨਾਨਕ ਦਾ ਦਰ, ਆਪਣਾ ਫਰਜ਼ ਸੇਵਾ ਸੁਸਾਇਟੀ, ਪਿੰਡ ਲਚਕਾਣੀ, ਜ਼ਿਲ੍ਹਾ ਪਟਿਆਲਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।